subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਹਾਂ ਮਨਦੀਪ ਕੌਰ ਸਿੱਧੂ. ਵੈਲਕਮ ਟੂ ਦ ਮਨਦੀਪ ਕੌਰ ਸਿੱਧੂ ਸ਼ੋਅ. ਅੱਜ ਸਾਡੇ ਨਾਲ ਮੌਜੂਦ ਨੇ ਕੈਪਟਨ ਯਾਦਵਿੰਦਰ ਸਿੰਘ ਬੋਪਰਾਏ. ਹੀ ਹੈਜ਼ 9,000 ਆਵਰਸ ਆਫ ਫਲਾਇੰਗ ਐਕਸਪੀਰੀਅੰਸ ਐਂਡ ਹੀ ਰਨਸ ਐਨ ਅਕੈਡਮੀ, ਬੋਰਨ ਟੂ ਫਲਾਈ ਏਵੀਏਸ਼ਨ ਅਕੈਡਮੀ. And he has trained more than 500 pilots working in leading airlines in India. So, aaj assi gal karange aviation industry di. Mainu kithe na kithe lagda hai ki Punjab jehda hai oh bada dur hai is industry ton. So, bahut sare bacche ne jinna nu eh pata hi nahi hai ki oh commercial pilot ban sakde ne, oh cabin crew ch ja sakde ne airline de vich, because sare Punjab ch kithe na kithe is cheez di awareness jehdi badi ghat hai. So, aaj sade naal maujood ne special guest Captain Yadvinder ji. ਐਂਡ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਸਪੈਸ਼ਲੀ ਏਵੀਏਸ਼ਨ ਇੰਡਸਟਰੀ ਬਾਰੇ, ਤੇ ਇੱਕ ਅਕੈਡਮੀ ਜਿਹੜੀ ਇਹਨਾਂ ਨੇ ਸਟਾਰਟ ਕੀਤੀ ਹੈ ਅੰਮ੍ਰਿਤਸਰ ਦੇ ਵਿੱਚ, ਬੋਰਨ ਟੂ ਫਲਾਈ, ਉਹਦੇ ਬਾਰੇ. ਯਾਦਵਿੰਦਰ ਸਿੰਘ ਜੀ, ਵੈਲਕਮ ਟੂ ਦ ਸ਼ੋਅ. ਥੈਂਕ ਯੂ ਮਨਦੀਪ ਜੀ, ਸੋ ਨਾਈਸ ਆਫ ਯੂ ਟੂ ਇਨਵਾਈਟਿੰਗ ਮੀ ਦਿਸ ਬਿਊਟੀਫੁਲ ਸ਼ੋਅ. ਅਕਸਰ ਹੀ ਮੈਂ ਆਪਣਾ ਸ਼ੋਅ ਨਾ ਸ਼ੁਰੂ ਕਰਦੀ ਹਾਂ ਕਿ ਬਚਪਨ 'ਚ ਕੀ ਹੋਇਆ, ਸਕੂਲ 'ਚ ਕੀ ਹੋਇਆ, ਕਾਲਜ 'ਚ ਕੀ ਹੋਇਆ, ਬਟ ਮੈਨੂੰ ਲੱਗਦਾ ਕਿ ਮੇਰੀ ਆਡੀਅੰਸ ਨੂੰ ਕਾਫੀ ਇਹਨੂੰ ਉਤਸੁਕਤਾ ਹੋਏਗੀ ਇਸ ਟੌਪਿਕ ਦੀ, ਕਿਉਂਕਿ ਅੱਜ ਅਸੀਂ ਏਅਰਕ੍ਰਾਫਟ ਦੇ ਬਾਰੇ ਗੱਲ ਕਰਨ ਵਾਲੇ ਹਾਂ, ਅੱਜ ਅਸੀਂ ਏਵੀਏਸ਼ਨ ਇੰਡਸਟਰੀ ਬਾਰੇ ਗੱਲ ਕਰਨ ਵਾਲੇ ਹਾਂ. ਸੋ ਪੰਜਾਬ ਨੂੰ ਤੇ ਵੈਸੇ ਬੜਾ ਕਰੇਜ਼ ਆ ਯੂਨੋ ਏਅਰਪੋਰਟ ਜਾਣ ਦਾ. ਤੁਹਾਡੀ ਮੈਂ ਗੱਲ ਕਰਾਂ ਕਿ ਅੰਮ੍ਰਿਤਸਰ ਦੇ ਵਿੱਚ ਰਹਿ ਕੇ ਯੂਨੋ ਹਾਊ ਦਿਸ ਥਾਟ ਕੇਮ ਇਨਟੂ ਯੋਰ ਮਾਈਂਡ ਕਿ ਤੁਸੀਂ ਪਾਇਲਟ ਬਣਨਾ. ਐਕਚੁਅਲੀ ਹੋਇਆ ਕਿ ਸੀ, ਜਦੋਂ ਮੈਂ ਛੋਟਾ ਸੀ ਨਾ, ਜਦੋਂ ਮੈਂ ਮਤਲਬ ਹੋਣਾ ਕੁਛ ਸਾਲ ਜਾਂ 2 ਸਾਲ ਦਾ, ਤੇ ਉਦੋਂ ਮੈਂ ਘਰ ਦੇ ਪੁੱਛਦੀ ਬੜਾ ਤੂੰ ਕੀ ਬਣਨਾ, ਤੇ ਉਦੋਂ ਮੈਂ ਕਹਿੰਦਾ ਛੂ, ਉਦੋਂ ਮੈਂ ਬੋਲ ਨਹੀਂ ਸਕਦਾ ਭਾਈ, ਪਾਇਲਟ ਕੀ ਜੰਮਦੇ ਪਾਇਲਟ ਹੁੰਦੇ, ਤੇ ਮੈਂ ਸ਼ਾਇਦ ਉਹੀ ਸੀ. ਜਦੋਂ ਵੱਡਾ ਹੋਇਆ ਫਿਰ ਜਦੋਂ ਮੈਂ 10th ਕਲਾਸ ਹੋਇਆ, ਫਿਰ ਜਿਹਨੂੰ ਸਾਰੇ ਜਿਹੜੇ ਫਰੈਂਡਸ ਹੁੰਦੇ ਕਹਿੰਦੇ ਬਾਹਰ ਜਾਣਾ, ਕੈਨੇਡਾ ਜਾਣਾ, ਕੈਨੇਡਾ, ਤੋਂ ਮੈਂ ਵੀ ਕਹਿੰਦੀ ਹੁਣ ਕੈਨੇਡਾ ਹੀ ਜਾਣਾ. ਠੀਕ ਹੈ, ਫਿਰ ਜਦੋਂ 11th 12th ਕੀਤੀ ਮੈਂ, ਤੇ ਉਹ ਰੱਬ ਨੇ ਜਿਵੇਂ ਕਿਹਾ ਹੁਣ ਨਹੀਂ ਪੁੱਤ ਤੇਰੀ ਨੀ ਬਣੀ, ਤੂੰ ਇੱਧਰ ਆ. ਤੇ ਉਹ ਜਦੋਂ ਮੈਂ 11th 12th ਚ ਹੋਇਆ, ਤੇ ਮੇਰੇ ਇੱਕ ਡੈਡ ਦੇ ਫਰੈਂਡ ਸੀ, ਉਹਨਾਂ ਦਾ ਬੇਟਾ ਕਰਦਾ ਸੀ ਫਲਾਇੰਗ ਇੱਥੇ ਅੰਮ੍ਰਿਤਸਰ ਚ. ਜਦੋਂ ਉਹਨਾਂ ਨੇ ਜਦੋਂ ਦੱਸਿਆ ਕਿ ਯਾਰ ਤੂੰ ਬੇਟੇ ਨੂੰ ਇੱਧਰ ਲਿਆਓ, ਤੇ ਜਦੋਂ ਮੈਂ ਜਦੋਂ ਫਿਰ ਸੁਣੀ ਉਹ ਗੱਲ, ਤੇ ਨਾ ਉਹ ਫਿਰ ਬੈਕ ਆਫ ਦਾ ਮਾਇੰਡ ਸੀ ਕਿਸੇ ਟਾਈਮ ਤੇ, ਉਹ ਆ ਗਈ ਵਾਪਸ ਕਿ ਨਹੀਂ ਯਾਰ ਮੈਂ ਪਾਇਲਟ ਹੀ ਬਣਨਾ. ਸੋ ਆਫਟਰ 12th ਮੈਂ ਫਿਰ ਸ਼ੁਰੂ ਕੀਤਾ ਆਪਣਾ ਕਰੀਅਰ ਇਨ ਦਾ ਅੰਮ੍ਰਿਤਸਰ. ਇੱਥੇ ਅੰਮ੍ਰਿਤਸਰ ਫਲਾਇੰਗ ਸਕੂਲ ਹੈਗਾ, ਬਹੁਤ ਪੁਰਾਣਾ ਵਾ, ਆਈ ਥਿੰਕ 30 ਜਾਂ 40 ਸਾਲ ਹੋ ਗਏ ਇਸ ਫਲਾਇੰਗ ਸਕੂਲ ਨੂੰ, ਐਂਡ ਇਸ ਗਵਰਨਮੈਂਟ ਸਕੂਲ. ਉੱਥੇ ਮੈਂ ਆਪਣਾ ਦਾਖਲਾ ਲਿਆ ਜਾ ਕੇ, ਤੋ ਪਤਾ ਨਹੀਂ ਸੀ ਕੀ ਹੁੰਦਾ ਨਾ, ਬਿਲਕੁਲ ਨਵੀਂ ਫੀਲਡ, ਤੇ ਨਾ ਮੇਰੇ ਡੈਡ ਏਵੀਏਸ਼ਨ ਤੋਂ, ਨਾ ਕੋਈ ਸਾਡਾ ਫੈਮਿਲੀ ਕੋਈ ਨਹੀਂ ਸੀ ਹੈਗਾ ਨਾ, ਬਿਲਕੁਲ ਇੱਕ ਨਵੀਂ ਚੀਜ਼ ਸੀ ਮੇਰੇ ਲਈ. ਫਿਰ ਅਸੀਂ ਆਪਣਾ ਸ਼ੁਰੂ ਕੀਤਾ ਕਰੀਅਰ, ਮੈਂ ਜੁਆਇਨ ਕੀਤਾ ਫਲਾਇੰਗ ਸਕੂਲ. ਜਦੋਂ ਮੈਂ ਜਹਾਜ਼ ਵੇਖਿਆ ਬਸ ਨੇ, ਮੈਂ ਬੜੀ ਕਲੋਸਟੀ ਹੋਈ ਯਾਰ, ਓ ਮਾਈ ਗੋਡ. ਜਦੋਂ ਮੈਂ ਗਿਆ ਤੇ ਏਕ ਟਾਈਮ ਵਿਖਾਇਆ ਉਹਨਾਂ ਨੇ, ਤੇ ਉਦੋਂ ਫਿਰ ਕਹਿੰਦੇ ਨਾ ਕੀੜਾ ਪੈਂਦਾ ਬੰਦੇ ਚ, ਯਾਰ ਨਹੀਂ ਇਹੀ ਕਰਨਾ ਹੁਣ ਨਾ, ਉਹ ਇੱਕ ਮੇਰੇ ਬੀਜ ਬੰਦਾ ਜੋ ਮਰਜ਼ੀ ਹੋ ਜਾਏ, ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਨਾ ਕਿ ਪਾਇਲਟ ਸੀ, ਤੇ ਅੰਮ੍ਰਿਤਸਰ ਦੀ ਆਪਣੇ ਏਰੀਏ ਦੀ ਗੱਲ ਕਰਦੇ ਆ, ਤੇ ਬੜੀ ਹੈਰਾਨੀ ਹੁੰਦੀ ਕਿ ਕੋਈ ਇੰਨੀ ਪਰਫੈਕਟਲੀ ਪੰਜਾਬੀ ਬੋਲ ਰਿਹਾ, ਇਹਦੀ ਸਟੱਡੀ ਹੈ, ਬਿਲਕੁਲ ਵੱਖਰੀ ਸਟੱਡੀ ਹੈ, ਟੋਟਲੀ ਅਬਾਊਟ ਏਵੀਏਸ਼ਨ,
ਠੀਕ ਹੈ ਇਹਦੇ ਵਿੱਚ ਨੈਵੀਗੇਸ਼ਨ ਆ, ਟੈਕਨੀਕਲ ਆ, ਮੈਨੂਫੈਕਚਰ ਕਿੱਦਾਂ ਹੁੰਦੇ, ਏਅਰਕ੍ਰਾਫਟ ਏਅਰਕ੍ਰਾਫਟ ਦੀ ਕਿੱਦਾਂ ਸ਼ੇਪ ਕੀ ਆ, ਕਿਉਂ ਦਿੱਤੀ ਗਈ ਆ, ਠੀਕ ਹੈ ਰੀਜ਼ਨ ਕਿਹਦੇ ਪਿੱਛੇ, ਇੰਜਨ ਕਿੱਦੇ ਆ, ਕਿੰਨੇ ਪ੍ਰਕਾਰ ਦੇ ਆ, ਕਿੱਦਾਂ ਉਹ ਵਰਕ ਕਰਦੇ ਆ, ਕੰਸਟਰਕਸ਼ਨ ਕਿੱਦਾਂ ਆਉਂਦੀ, ਇਹ ਵੱਖਰੀਆਂ ਚਾਹੀਦੀਆਂ ਚ. ਫਿਰ ਦੈਨ ਅਬਾਊਟ ਦਾ ਵੈਦਰ, ਕਿੱਦਾਂ ਵੈਦਰ ਬਣਦਾ ਵਾ, ਇਹ ਚੱਲ ਰਿਹਾ ਆਪਣਾ ਸਾਊਥ ਵੈਸਟ ਮੌਨਸੂਨ ਨਾਉ ਡੇਸ, ਇਹ ਕਿਉਂ ਹੁੰਦੇ ਆ, ਵਾਈ ਨੋਨ ਸਾਊਥ ਵੈਸਟ ਮੌਨਸੂਨ, ਇਹਦੇ ਪਿੱਛੇ ਸਟੱਡੀ ਆ ਪ੍ਰੋਪਰ ਨਾ, ਇਹ ਸਰਕੂਲੇਸ਼ਨ ਆਫ ਦਾ ਏਅਰ. ਸੋ ਉਹ ਵੀ ਤੁਹਾਨੂੰ ਫਲਾਈਂਗ ਦੇ ਨਾਲ ਐਕਸਾਈਟ ਕਰਦੀ ਹੈ ਜੀ? ਯਾ ਆਬਵੀਅਸਲੀ, ਕਿਉਂਕਿ ਹੁਣ ਜੇ ਪਾਇਲਟ ਜੀ ਬਹੁਤ ਐਕਸਪੀਰੀਅੰਸ ਪਾਇਲਟ ਆ, ਜਿੰਨਾ ਕਿ ਮੈਂ ਪੜ੍ਹਦਾ ਸੀ ਇਨ 2008 and 2009, ਕੈਪਟਨ ਵਿੰਗ ਕਮਾਂਡਰ ਸੀਗੇ ਉਹ, ਠੀਕ ਹੈ, ਹੀ ਫਰੋਮ 에ਅਰ ਫੋਰਸ, ਤੇ ਉਹ ਇੰਨੇ ਐਕਸਪੀਰੀਅੰਸ ਸੀ ਉਹਨਾਂ ਦੀ, ਉਸ ਟਾਈਮ ਏਜ ਸੀ ਆਈ ਥਿੰਕ ਕੋ 70, ਹੁਣ ਤਾਂ ਕਾਫੀ ਏਜ ਹੋ ਗਈ ਉਹਨਾਂ ਦੀ. ਉਹ ਦੱਸਦੇ ਸੀ ਕਿ ਅੱਛਾ ਅੱਜ ਨਾ ਪੰਜਾਬ ਦੇ ਵਿੱਚ ਬਹੁਤ ਜਿਆਦਾ ਟ੍ਰੈਂਡ ਹੈਗਾ ਕਿ ਨਾ 30-40 lakh ਲਗਾ ਕੇ ਵੀ ਬੱਚਿਆਂ ਨੂੰ, ਲੋਕ ਚਾਹੁੰਦੇ ਕਿ ਬਸ ਬਾਹਰ ਚੱਲ ਜਾਣ, ਰਾਈਟ? ਫਲਾਈਂਗ ਦੀ ਜਦੋਂ ਅਸੀਂ ਗੱਲ ਕਰੀਏ, ਜਦੋਂ ਅਸੀਂ ਕਮਰਸ਼ੀਅਲ ਪਾਇਲਟ ਦੀ ਗੱਲ ਕਰਦੇ ਹਾਂ, ਹਾਲਾਂਕਿ ਮੈਂ ਆਪਣੀ ਆਡੀਅੰਸ ਦੱਸਣਾ ਚਾਹੁੰਦੀ ਹਾਂ, ਅਸੀਂ ਕੈਬਿਨ ਕਰੂ ਵੱਲ ਵੀ ਆਵਾਂਗੇ, ਜਿਹਦੇ ਵਿੱਚ ਪੂਰਾ ਕੈਬਿਨ ਕਰੂ ਸਟਾਫ ਹੁੰਦਾ ਜਿਹੜਾ ਕਿ ਏਅਰਕ੍ਰਾਫਟ ਦੇ ਵਿੱਚ ਹੈ ਅਦਰਵਾਈਜ਼. ਬਟ ਜੇ ਅਸੀਂ ਪਹਿਲਾਂ ਪਾਇਲਟ ਦੀ ਗੱਲ ਕਰੀਏ, ਕਿ ਤੁਹਾਨੂੰ ਪੜ੍ਹਾਈ ਵੀ ਚਾਹੀਦੀ, ਪੜ੍ਹਨ 'ਚ ਵੀ ਤੁਸੀਂ ਪੈਸ਼ਨੇਟ, ਟੈਕਨੀਕਲੀ ਤੁਸੀਂ ਸਾਊਂਡ, ਪਲੱਸ ਪੈਸੇ ਵੀ ਚਾਹੀਦੇ ਇਹਦੇ ਵਿੱਚ, ਰਾਈਟ? ਪਰ ਦੇਰ ਆਰ ਫੈਮਿਲੀਜ਼ ਇਨ ਪੰਜਾਬ ਹੈਗੀਆਂ, ਫੈਮਿਲੀਜ਼ ਜਿਹਨਾਂ ਕੋਲ, ਜਿਹੜੇ ਅਫੋਰਡ ਕਰ ਸਕਦੇ ਆਪਣੇ ਬੱਚਿਆਂ ਨੇ ਇਨਵੈਸਟ ਕਰਨ ਲਈ, ਪਰ ਕਿਤੇ ਨਾ ਕਿਤੇ ਉਹ ਕੀ ਕਰਦੇ ਕਿ ਉਹੀ ਪੈਸਾ ਲਗਾ ਕੇ ਉਹਨਾਂ ਨੂੰ ਬਾਹਰ ਭੇਜ ਰਹੇ, ਤੇ ਉਸ ਤੋਂ ਬਾਅਦ ਦੇ ਆਰ ਡੂਇੰਗ ਜਸਟ ਔਡ ਜੋਬਸ, ਰਾਈਟ? ਵਾਟ ਡੂ ਯੂ ਥਿੰਕ ਕਿ ਪੰਜਾਬ ਨੂੰ ਕਿਸ ਤਰ੍ਹਾਂ ਦੀ ਕਮਰਸ਼ੀਅਲ ਪਾਇਲਟ ਦੀ ਅਸੀਂ ਗੱਲ ਕਰੀਏ ਤੇ ਅਵੇਅਰਨੈਸ ਦੀ ਲੋੜ ਆ? ਮਤਲਬ ਤੁਹਾਡੇ ਇਸ ਆਨਸਰ ਤੋਂ ਮੈਂ ਚਾਹੁੰਦੀ ਕਿ ਹਜ਼ਾਰਾਂ ਮੁੰਡਿਆਂ ਦੇ, ਕੁੜੀਆਂ ਦੇ ਅੰਦਰ ਆ ਜਾਏ ਕਿ ਹਾਂ ਬਈ ਹੁਣ ਅਸੀਂ ਇੱਧਰ ਨੂੰ ਸੋਚੀਏ ਜੇ ਸਾਡੇ ਕੋਲ ਫੰਡ ਹੈਗੇ ਤੇ. ਐਕਚੁਅਲੀ ਬੇਸਿਕਲੀ ਪ੍ਰੋਬਲਮ ਕੀ ਆ ਕਿ ਪੰਜਾਬ ਚ ਦਿੱਕਤ ਕੀ ਆ, ਉਹ ਨਾ ਇੱਕ ਇਹ ਆ ਕਿ ਸਾਡੇ ਦੇ ਫਾਦਰ ਸੀ ਨਾ, ਉਹ ਜ਼ਿਮੀਂਦਾਰ ਸੀਗੇ, ਠੀਕ ਹੈ, ਉਹ ਆਪ ਨਹੀਂ ਪੜੇ ਹੋਏ ਨੇ, ਤੇ ਉਹਨਾਂ ਨੂੰ ਇਹੀ ਜੋ ਦੁਨੀਆਂ ਚੱਲਦਾ ਪਿਆ ਉਹਨਾਂ ਸਭ ਨੇ ਇਹੀ ਕਿ ਆਇਲ ਸੀ ਆ ਬਸ, ਇੱਥੇ ਕੁਛ ਹੈ ਹੀ ਨਹੀਂ. ਹੁਣ ਮੈਂ ਦਿੱਲੀ ਸੀਗਾ ਜਦੋਂ, ਉੱਥੇ ਦਿੱਲੀ ਦੇ ਲੋਕਲ ਬੱਚੇ ਨਾ ਐਵਰੀ ਈਅਰ ਮਤਲਬ 100-150 ਦਿੱਲੀ ਦੇ ਲੋਕਲ ਬੱਚੇ ਹੁੰਦੇ ਬਟ ਓਨਲੀ ਫੋਰ CPL. ਗੋ ਦੇ ਆਰ ਵੈਲ ਐਜੂਕੇਟਡ, ਉਹਨੂੰ ਪਤਾ ਇਸ ਚੀਜ਼ ਕੀ ਸਾਨੂੰ ਫਾਇਦਾ ਵਾ, ਕੀ ਨੁਕਸਾਨ, ਦੇ ਨੋ ਐਵਰੀਥਿੰਗ. ਹੁਣ ਇਹੀ ਦਿੱਕਤ ਆ ਕਿ ਸਾਡੇ ਪੰਜਾਬ ਚ ਇੱਕ ਅਵੇਅਰਨੈਸ ਦੀ ਕਮੀ ਹੈ, ਠੀਕ ਹੈ, ਉਹਨਾਂ ਨੂੰ ਇਹੀ ਹੈ ਕਿ ਬੱਚਾ ਆਇਲਸ ਕਰ ਲੇ. ਹੁਣ ਮੈਂ ਜਿੱਥੇ ਤੱਕ ਜਾਣਦਾ ਵਾ, ਛੋਟੇ ਬੱਚੇ ਪੁੱਛਦੇ ਬੇਟਾ ਕੀ ਕਰਨਾ, ਕਹਿੰਦਾ ਨਹੀਂ ਮੈਂ ਆਇਲਸ ਕਰਨੀ ਆ. ਆਇਲਸ ਬੇਸਿਕਲੀ ਕੁਛ ਹੈ ਨਹੀਂ, ਨਾ ਡਿਪਲੋਮਾ ਨਾ ਡਿਗਰੀ ਹੈ, ਇਟਸ ਜਸਟ ਟੈਸਟ ਐਂਡ ਓਨਲੀ ਲੈਂਗੁਏਜ ਟੈਸਟ, ਠੀਕ ਹੈ, ਉਸ ਤੋਂ ਇਲਾਵਾ ਕੁਛ ਵੀ ਨਹੀਂ ਹੈਗਾ. ਇਟਸ ਨੋਟ ਕਿ ਹਾਂ ਵੀ ਤੁਸੀਂ ਕੋਈ PhD ਕਰ ਰਹੇ ਹੋ ਨਾ, ਬਟ ਜਿਹੜੇ ਜੇ ਬੱਚੇ ਆ ਉਹ ਉਹ ਫਗਲ ਨੂੰ ਕਰਦੇ ਨਹੀਂ ਮੈਂ ਆਇਲਸ ਕਰ ਰਿਹਾ. ਬਟ ਜੇ ਦਿੱਲੀ ਚੱਲੀਏ, ਉੱਥੇ ਤੁਹਾਨੂੰ ਪਤਾ ਜੇ ਅਸੀਂ ਕਹਿ ਰਹੇ ਕਿਸੇ ਨੂੰ ਯਾਰ ਆਇਲਸ ਕਰ ਲਈਏ, ਤੇ ਉਹ ਕਹਿੰਦੇ ਯਾਰ ਪਾਗਲ ਹੋ ਤੁਮ, ਇੰਡੀਆ ਮੇਂ ਇਤਨਾ ਕੁਛ ਬਾਹਰ ਕਿਉਂ ਜਾਏ, ਠੀਕ ਹੈ. ਹੁਣ ਦਿੱਲੀ ਵਿੱਚ ਰੋਬੋਟਿਕਸ ਆ, ਠੀਕ ਹੈ, AI ਹੁੰਦੀ ਸਭ ਕੁਛ ਉੱਥੇ, ਜੇ ਤੁਸੀਂ ਕਰਾਉਂਦੇ ਇੱਥੇ ਨਾ ਸੋਫਟਵੇਅਰ ਡਿਵੈਲਪਿੰਗ ਨੈਕਸਟ ਲੈਵਲ, ਆਟੋਮੇਸ਼ਨ ਹੈਗੀ ਆ, ਉਸ ਤੋਂ ਬਾਅਦ ਏਵੀਏਸ਼ਨ, ਏਵੀਏਸ਼ਨ ਕਿੰਨੀਆਂ ਫੀਲਡਸ ਆ, ਠੀਕ ਹੈ, ਉਸ ਤੋਂ ਬਾਅਦ ਫਿਰ ਤੁਹਾਡਾ ਆ ਜਾਂਦਾ ਵਾ ਮਲਟੀਮੀਡੀਆ ਵਿੱਚ, ਕਿੰਨਾ ਮਤਲਬ ਬਹੁਤ ਕੁਛ ਇੰਡੀਆ ਪਤਾ ਹੀ ਨਹੀਂ ਸਾਨੂੰ ਪੰਜਾਬ, ਠੀਕ ਹੈ, ਉਹ ਬਾਹਰ ਜੇ ਲੋੜ ਨਹੀਂ ਪੈਂਦੀ ਤੁਹਾਨੂੰ. ਹੁਣ ਇੱਥੇ ਬੱਚੇ ਕੀ ਆ ਸਾਡੇ ਕੇ ਬੀਟੈਕ ਕਰਦੇ ਆ, ਬੀਟੈਕ ਕਰਕੇ ਬਾਹਰ ਚਲੇ ਜਾਂਦੇ, ਜੋਬ ਨਹੀਂ ਮਿਲਦੀ, ਜੋਬ ਨਹੀਂ ਮਿਲਦੀ, ਬਟ ਮਿਲਦੀ ਜੋਬ, ਤੁਸੀਂ ਜਾਓ ਸਹੀ ਬਾਹਰ. ਹੁਣ ਸਾਡੇ ਘਰ ਦੇ ਕਹਿੰਦੇ ਆ ਘਰੋਂ ਜੋਬ ਲੈਣ ਆਓ, ਫਿਰ ਤੁਸੀਂ ਜਾਣਾ ਵਾ, ਇਹ ਸਭ ਤੋਂ ਵੱਡਾ ਇਸ਼ੂ ਸਾਡਾ. ਫਰੋਮ ਵਿਚ ਲੈਵਲ ਆਫ ਸਟੱਡੀ ਅ ਪਰਸਨ ਕੈਨ ਐਂਟਰ ਇਨਟੂ CPL? ਕਿ CPL ਵਾਸਤੇ ਜਸਟ ਰਿਕੁਆਇਰਡ 12th ਗ੍ਰੇਡ ਵਿਦ ਓਨਲੀ ਨੋਰਮਲ, ਜਿਹੜਾ ਗੈਪ ਆ ਗਿਆ ਵਿੱਚ, ਗੈਪ ਡਸਨਟ ਮੈਟਰ, ਕੋਈ ਫਰਕ ਨਹੀਂ ਪੈਂਦਾ ਤੁਹਾਡਾ 5 ਸਾਲ ਦਾ ਗੈਪ ਆ, 10 ਸਾਲ ਦਾ ਗੈਪ. ਦੱਸਿਆ ਹੁਣੇ ਮੈਂ ਇੱਕ ਸਟੂਡੈਂਟ ਯਾਦਵਿੰਦਰ, ਮੇਰੇ ਨਾਮ ਵਾਲਾ ਯਾਦਵਿੰਦਰ ਸਿੰਘ, ਹੀ ਫਰੋਮ ਆਸਟ੍ਰੇਲੀਆ, ਹੀ ਤਾਂ 38 ਐਂਡ ਉਹ ਹੁਣ ਸ਼ੁਰੂ ਕਰ ਰਿਹਾ ਆਪਣਾ ਕਰੀਅਰ, ਤੇ ਉਹ ਗੈਪ ਦਾ ਚੱਕਰ ਹੁੰਦਾ, ਫਿਰ ਤਾਂ ਕੁਛ ਹੋ ਨਹੀਂ ਸਕਦਾ ਸੀ, ਇੱਕ ਹੁੰਦਾ ਪਾਇਲਟ. ਸੋ ਪਾਇਲਟ ਇੱਕ ਐਸੀ ਚੀਜ਼ ਨੂੰ ਬਣਦੇ ਆ, ਬਣਦੇ 4-5 ਸਾਲ ਲੱਗ ਜਾਂਦੇ, ਐ ਨੀ ਪੈਂਦਾ ਦਿਨਾਂ 'ਚ, ਠੀਕ ਆ. ਤੇ ਇੰਡੀਆ ਪਹਿਲੇ ਕਮੀ ਆ, 1000 ਤੋਂ ਪਲੱਸ ਕਮੀ ਆ ਹਜੇ ਇਸ ਟਾਈਮ, ਹਜੇ ਕਿ ਨਵੀਂ ਏਅਰਲਾਈਨਸ ਹੋਰ ਆ ਰਹੀਆਂ ਨੇ, ਠੀਕ ਹੈ. ਤੇ ਤੁਸੀਂ ਸੁਣਿਆ ਉਹ ਜੁੰਜਨ ਵਾਲਾ ਉਹ 100 aircraft ਲਿਆ ਰਿਹਾ ਵਾ ਨਵੀਂ ਏਅਰਲਾਈਨ, ਠੀਕ ਹੈ, ਤੇ ਹੋਰ ਬਹੁਤ ਆ ਰਹੀਆਂ ਨੇ. ਇਹ ਤੁਹਾਨੂੰ ਇੱਕ ਦੱਸਿਆ ਜਿਹੜਾ ਫੇਮਸ ਹੋਇਆ ਵਾ, ਜੈੱਟ ਵਾਪਿਸ ਆ ਰਹੀ ਹੈ, ਤੇ ਅੱਗੇ ਆਉਣ ਮੈਂ 2 ਸਾਲ ਇੰਨੀ ਕੁ ਜੋਬ ਹੋਣੀ ਹੈ ਕਿ ਸਾਡੇ ਕੋਲ ਪਲਸ ਨਹੀਂ ਹੋਣਾ, ਡਿਗੋ ਅਸੀਂ ਬਾਹਰੋਂ ਬਣਾਉਣੇ ਆ, ਅਸੀਂ ਕਿਉਂ ਲਈਏ ਬਾਹਰੋਂ, ਜਦੋਂ ਬਾਹਰ ਕੋਈ ਆਉਂਦਾ ਉਹ ਭਾਰ ਆ ਸਾਡੀ ਗਵਰਨਮੈਂਟ ਤੇ. ਸੋ ਮੈਂ ਆਪਣੀ ਆਡੀਅੰਸ ਨੂੰ ਇਹੀ ਦੱਸਣਾ ਚਾਹੁੰਦੀ ਕਿ ਯਾਦਵਿੰਦਰ ਜੀ ਅੰਮ੍ਰਿਤਸਰ ਚ ਵੀ ਅਵੇਲੇਬਲ ਹੁੰਦੇ ਆ, ਐਂਡ ਹੀ ਇਜ਼ ਹੈਵਿੰਗ ਅ ਵੈਰੀ ਗੁੱਡ ਐਕਸਪੀਰੀਅੰਸ. ਪੰਜਾਬ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਤੁਸੀਂ ਜਿਹੜਾ ਕਮਰਸ਼ੀਅਲ ਪਾਇਲਟ ਐਂਡ ਕੈਬਿਨ ਕਰਿਊ ਵੱਲ ਤੁਸੀਂ ਮੂਵ ਹੋ, ਜੇ ਤੁਹਾਡੇ ਕੋਲ ਬਜਟ ਹੈਗਾ ਯੂ ਸ਼ੁੱਡ ਗੋ ਫਾਰ ਕਮਰਸ਼ੀਅਲ ਪਾਇਲਟ, ਪਲੱਸ ਜੇ ਤੁਹਾਡਾ ਬਜਟ ਘੱਟ ਆ ਯੂ ਕੈਨ ਗੋ ਫਾਰ ਕੈਬਿਨ ਕਰਿਊ ਜਾਂ ਅਦਰ ਜੋਬਸ ਇਨ ਏਅਰਲਾਈਨਸ, ਦੇਰ ਆਰ ਮਲਟੀਪਲ ਕਾਇੰਡ ਆਫ ਜੋਬਸ ਦੇਰ. ਸੋ ਮੈਨੂੰ ਬਹੁਤ ਹੀ ਅੱਛਾ ਲੱਗਾ ਇਹਨਾਂ ਦਾ ਆਈਡੀਆ ਕਿ ਕਿਉਂਕਿ ਪੰਜਾਬ ਵਿੱਚ ਇੱਕ ਅੱਧਾ ਇੰਸਟੀਟਿਊਟ ਹੈਗਾ ਜਿਹੜਾ ਕਿ ਏਵੀਏਸ਼ਨ ਨੂੰ ਲੈ ਕੇ ਆਇਆ ਪੰਜਾਬ ਦੇ ਵਿੱਚ, ਪਰ ਉਹ ਇੰਨਾ
ਫਾਰਮਲ ਆ ਇੰਨਾ ਔਰ ਡਿਫਰੈਂਟ ਕਾਇੰਡ ਆ ਕਿ ਉਹ ਪੰਜਾਬ ਦੀਆਂ ਪ੍ਰੋਬਲਮਸ ਪੰਜਾਬ ਦੇ ਬੱਚੇ ਪੰਜਾਬ ਦੇ ਬੈਕਗ੍ਰਾਉਂਡ ਨੂੰ ਨਹੀਂ ਸਮਝਦੇ ਪਰ ਇੱਕ ਅੱਛਾ ਐਕਸਪੀਰੀਅੰਸ ਬੰਦਾ ਜਿਹੜਾ ਕਿ ਜਿਹਨੂੰ ਪਤਾ ਹੈ ਕਿ ਪੰਜਾਬ ਕਿਸ ਤਰ੍ਹਾਂ ਦਾ ਵਾ ਪੰਜਾਬ ਦੀਆਂ ਨੀਡਸ ਕਿਸ ਤਰ੍ਹਾਂ ਦੀਆਂ ਪੰਜਾਬ ਦੇ ਬੱਚੇ ਕਿਵੇਂ ਬਾਹਰ ਮੂਵ ਹੋ ਰਹੇ ਨੇ ਹਾਲਾਂਕਿ ਉਹ ਅਫੋਰਡ ਵੀ ਕਰ ਸਕਦੇ ਆ ਤੇ ਫਿਰ ਵੀ ਜਿਹੜਾ ਉਹ ਰਾਈਟ ਆਪਸ਼ਨ ਜਿਹੜੀਆਂ ਚੂਜ਼ ਨਹੀਂ ਕਰ ਰਹੇ ਯਾਦਵਿੰਦਰ ਜੀ ਖੁਦ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਹਰੋਂ ਪਾਇਲਟਸ ਜਿਹੜੇ ਆ ਮੰਗਵਾਉਣੇ ਜਾਣਗੇ ਤੋਂ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਕਿ ਪਾਇਲਟ ਬਣ ਸਕਦੇ ਆ ਬਟ ਅਨਅਵੇਅਰ ਹੋਣ ਦੇ ਕਾਰਨ ਦੇ ਵਿਲ ਚੂਜ਼ ਟੂ ਗੋ ਟੂ ਕੈਨੇਡਾ ਔਰ US ਸੋ ਆਈ ਥਿੰਕ ਕਿ ਸਾਰਿਆਂ ਨੂੰ ਇਸ ਬਾਰੇ ਜਿਹੜਾ ਸੋਚਣਾ ਚਾਹੀਦਾ ਸੋ ਪਾਇਲਟ ਦੀ ਲਾਈਫ ਕਿੱਦਾਂ ਦੀ ਹੁੰਦੀ ਸਭ ਤੋਂ ਬੈਸਟ ਜਿਹੜੀ ਹੈਗੀ ਜੋ ਮੈਨੂੰ ਲੱਗਦਾ ਠੀਕ ਹੈ ਮੈਂ ਜੋ ਫੀਲ ਕੀਤਾ ਹੋਇਆ ਸਭ ਤੋਂ ਬੈਸਟ ਲਾਈਫ ਸਾਡੀ ਹੁੰਦੀ ਹੈ ਬੇਸਿਕਲੀ ਕਿਉਂਕਿ ਅਸੀਂ ਪੂਰਾ ਦੁਨੀਆ ਘੁੰਮਦੇ ਹਾਂ ਬੇਸਿਕਲੀ ਠੀਕ ਹੈ ਤੇ ਇੱਕ ਹੋਰ ਬੜੀ ਇੱਕ ਵਧੀਆ ਗੱਲ ਹੁੰਦੀ ਜਿੱਦਾਂ ਸਪੋਜ਼ ਕਰੋ ਮੈਂ ਇੰਡੀਗੋ ਏਅਰਲਾਈਨ ਚ ਸਾਡੇ ਫੈਮਿਲੀ ਦੇ ਪੰਜ ਬੰਦਿਆਂ ਨੂੰ ਸਿਰਫ ਟੈਕਸ ਭਰਨਾ ਹੁੰਦਾ ਜਿਵੇਂ ਸਪੋਜ਼ ਕਰੋ ਮੇਰੇ ਪਾਪਾ ਜਾਣਾ ਵਾ ਅੰਮ੍ਰਿਤਸਰ ਦਿੱਲੀ ਉਹਨਾਂ 4-5 ਪਹੁੰਚ ਜਾਣਾ ਯਾਨੀ ਕਿ ਇੰਨੇ ਸਸਤਾ ਲੈ ਕੇ ਬੱਸ ਟਿਕਟ ਜ਼ਿਆਦਾ ਹੋਣੀ ਹੈ ਤੇ ਇੱਕ ਬੈਨੀਫਿਟ ਬਹੁਤ ਇਹਦੇ ਵਿੱਚ ਠੀਕ ਹੈ ਤੁਸੀਂ ਜਿਵੇਂ ਸਪੋਜ਼ ਕਰੋ ਆਈ ਗੋ ਫੋਰ ਦਾ ਵਿਸਤਾਰਾ ਗੋ ਫੋਰ ਦਾ ਏਅਰ ਇੰਡੀਆ ਇਹ ਉਹ ਲੈਣ ਜਿਹੜੀਆਂ ਬਾਹਰ ਜਾਂਦੀਆਂ ਨੇ ਕੈਨੇਡਾ ਅਮੈਰੀਕਾ ਇਹਨਾਂ ਪੂਰਾ ਯੂਰੋਪ ਕਵਰ ਕਰਦੀਆਂ ਨੇ ਇਹ ਚ ਜਾਂਦੇ ਹੋ ਠੀਕ ਹੈ ਜੈਟ ਸੀ ਜੈਟ ਵੀ ਪੂਰੀ ਦੁਨੀਆਂ ਚ ਜਾਂਦੀ ਸੀ ਨਾ ਉਹ ਯੂਰੋਪ ਹੋ ਗਿਆ ਪੈਸੀਫਿਕ ਓਸ਼ਨ ਹੋ ਗਿਆ ਆਪਣਾ ਕੈਨੇਡਾ ਹੋ ਗਿਆ ਸਾਰਾ ਕਵਰ ਕਰਦੀ ਜਦੋਂ ਐਸੀ ਏਅਰਲਾਈਨ ਜਾਂਦੇ ਹੋ ਤੇ ਯੂ ਹੈਵ ਬੈਨੀਫਿਟ ਕਿ ਤੁਸੀਂ ਜਾਂਦੇ ਹੋ ਉੱਥੇ ਐਜ਼ ਅ ਕਰਿਊ ਪਲੱਸ ਤੁਹਾਨੂੰ ਉਹ ਅਲਾਉਂਸ ਦਿੰਦੇ ਇਨ ਹੈਂਡ ਉਹ ਵੀ ਡਾਲਰਸ ਚ ਤਾਂ ਕਿ ਤੁਹਾਡਾ ਖਰਚਾ ਨਾ ਹੋਵੇ ਤੁਸੀਂ ਐਡੀ ਕੰਪਨੀ ਦੇ ਬੰਦੇ ਹੋ ਤੁਸੀਂ ਪੈਸੇ ਫੜੋ ਘੁੰਮੋ ਠੀਕ ਹੈ ਉਹ ਤੁਹਾਡੀ ਮਰਜ਼ੀ ਤੁਸੀਂ ਖਰਚਣੇ ਨਾ ਖਰਚੋ ਰੱਖਣੇ ਰੱਖੋ ਇਟਸ ਅ ਫ੍ਰੀ ਹੋ ਠੀਕ ਹੈ ਯਾਨੀ ਕਿ ਐਸੀ ਕਿਹੜੀ ਜੋਬ ਤੇ ਤੁਹਾਨੂੰ ਘੁੰਮਣ ਦੇ ਪੈਸੇ ਦੇ ਰਹੀ ਹੈ ਕੋਈ ਅੱਛਾ ਜਿਹਾ ਇਨਸੀਡੈਂਟ ਵੀ ਸੁਣ ਲੈਂਦਾ ਕਿ ਦ ਲੌਂਗੈਸਟ ਫਲਾਈਟ ਐਵਰ ਕਿਹੜੀ ਤੁਹਾਡੀ ਰਹੀ ਹੁੰਦਾ ਤੁਸੀਂ ਸਭ ਤੋਂ ਲੰਬੀ ਲੌਂਗੈਸਟ ਫਲਾਈਟ ਸਾਡੀ ਜੀ ਹੁੰਦੀ ਸੀ ਬੇਸਿਕਲੀ ਦੈਟਸ ਫਰਮ ਦਿੱਲੀ ਟੂ ਕੈਨੇਡਾ ਤੋਂ ਉਹ ਜਿਹੜੀ ਹੁੰਦੀ ਦੈਟਸ ਅਪ ਟੂ 10 ਘੰਟੇ ਦੀ ਫਲਾਈਟ ਹੁੰਦੀ ਹੈ ਇਹਨੂੰ ਉਹਦੇ ਵਿੱਚ ਫਿਰ ਸਵਿਚ ਕਰਨਾ ਪੈਂਦਾ ਦੇ ਆਰ 4 ਪਾਇਲਟਸ ਸਵਿਚ ਹੁੰਦੇ ਬਾਈਕ ਦੀ ਮੈਕਸਿਮ ਡਿਊਟੀ ਇਜ਼ ਓਨਲੀ 8 ਆਵਰਸ ਵੀ ਆਰ ਫਲਾਈ ਓਨਲੀ 8 ਆਵਰਸ ਇਨ ਡੇ ਉਹਦੇ ਵਿੱਚ ਸਵਿਚ ਹੁੰਦੇ ਸੀ ਆਪਾਂ ਉਹ ਜਿਹੜੀ ਹੁੰਦੀ ਹੈ ਇੱਕ ਵਾਰੀ ਬਹੁਤ ਵਾਰੀ ਹੁੰਦੀ ਹੈ ਇਹ ਤਾਂ ਤੁਹਾਨੂੰ ਮੈਂ ਦੱਸ ਰਿਹਾ ਜਿਸ ਐਗਜ਼ਾਮਪਲ ਇਹ ਡੇਲੀ ਬੇਸ ਤੇ ਹੁੰਦਾ ਨਾ ਕਦੀ ਅਸੀਂ ਸਿੰਗਾਪੁਰ ਜਾ ਰਹੇ ਹਾਂ ਕਦੀ ਮਸਕਟ ਜਾ ਰਹੇ ਹਾਂ ਕਦੀ ਰਿਹਾਤ ਜਾ ਰਹੇ ਹਾਂ ਕਦੀ ਦੋਹਾ ਜਾ ਰਹੇ ਹਾਂ ਕਦੀ ਆਪਾਂ ਜਾ ਰਹੇ ਹਾਂ ਅਸੀਂ ਮੋਰੀਸ਼ੀਅਸ ਕਦੀ ਜਾ ਰਹੇ ਹਾਂ ਅਸੀਂ ਬੈਂਕੋਕ ਉਹ ਹੌਲੀ ਹੌਲੀ ਫਿਰ ਚਾਈਨਾ ਜਾ ਰਹੇ ਹਾਂ ਕੋਰੀਆ ਜਾ ਰਹੇ ਹਾਂ ਨੌਰਥ ਕੋਰੀਆ ਸਾਊਥ ਕੋਰੀਆ ਪੂਰੀ ਹੌਲੀ ਵਰਲਡ ਤੁਸੀਂ ਘੁੰਮ ਲਿਆ ਪਤਾ ਨਹੀਂ ਹੁੰਦਾ ਕਿ ਘੁੰਮ ਲਿਆ ਠੀਕ ਹੈ ਫਿਰ ਅਜ਼ਰਬਾਈਜਾਨ ਛੋਟੀ ਜਿਹੀ ਕੰਟਰੀ ਹੈ ਉੱਥੇ ਵੀ ਫਿਰ ਦੈਨ ਗੋ ਫੋਰ ਉਜ਼ਬੇਕਿਸਤਾਨ ਫਿਰ ਇਸਤਾਨਬੁਲ ਟਰਕੀ ਬਹੁਤ ਸੁੰਦਰ ਸਿਟੀ ਹੈ ਤੁਹਾਨੂੰ ਪੂਰਾ ਦੁਨੀਆ ਘੁੰਮਣ ਮਿਲ ਜਾਂਦੀ ਹੋਰ ਤੁਸੀਂ ਕੀ ਚਾਹੁੰਦੇ ਜੋ ਐਂਡ ਪੇ ਸਾਡੀ ਇਜ਼ ਵੈਰੀ ਗੁੱਡ ਮਤਲਬ ਇੱਕ ਪਲੱਸ ਟੂ ਬੱਚੇ ਨੂੰ 2-2.5 ਲੱਖ ਸਟਾਰਟਿੰਗ ਐਂਡ ਆਫਟਰ 4-5 ਵੈਨ ਯੂ ਗੋ ਟੂ ਕਮਾਂਡ ਸਾਡੀ 5-6 ਲੱਖ ਹੋ ਜਾਂਦੀ ਹੈ ਤੁਸੀਂ ਕੀ ਚਾਹੁੰਦੇ ਜੋ ਜਦੋਂ ਤੁਸੀਂ ਆਪਣੇ ਜਿਹੜਾ ਕੈਰੀਅਰ ਦੇ ਵਿੱਚ ਹੋਣ ਤੱਕ ਤੁਸੀਂ ਇੰਨੇ ਪਾਇਲਟ ਨੂੰ ਮਿਲਦੇ ਹੋਗੇ ਤੁਹਾਡੇ ਇੰਨੇ ਅੱਛੇ ਗਰੁੱਪਸ ਹੋਣਗੇ ਫਰੈਂਡਸ ਹੋਣਗੇ ਪੰਜਾਬ ਤੋਂ ਕਿੰਨੇ ਕੁ ਤੁਸੀਂ ਬੱਚੇ ਵੇਖੇ ਪਰਸੈਂਟੇਜ ਦਾ ਲੱਗਦਾ ਤੋਂ ਆਈ ਥਿੰਕ ਮੈਨੂੰ ਮਿਲਾ ਕੇ ਮੈਕਸਿਮਮ ਕਿੰਨੇ ਹੋਣੇ ਆ 100 ਜਾਂ 150 ਹੋਊਗਾ ਬਾਕੀ ਮੋਸਟ ਆਫ ਦੀ ਜਿਹੜੀ ਮੈਜੋਰਟੀ ਆ ਦੈਟਸ ਫਰੋਮ ਹਰਿਆਣਾ ਰਹਿਣ ਤੋਂ ਅੱਗੇ ਆਏ ਨਾ ਜਿਹੜੀ ਹੁੰਦੀ ਜੈਟ ਬੇਸ ਨੂੰ ਜਾਟ ਏਰੀਆਸ ਕਹਿੰਦੇ ਕਿ ਇੰਨੇ ਜਾਟ ਸੀ ਉੱਚੇ ਨਾ ਸਾਰਾ ਹਰਿਆਣਾ ਸੀ ਉਸ ਤੋਂ ਬਾਅਦ ਫਿਰ ਮੈਜੋਰਟੀ ਫਰੋਮ ਮੁੰਬਈ ਮਹਾਰਾਸ਼ਟਰ ਬਹੁਤ ਹੁੰਦਾ ਸਾਊਥ ਬਹੁਤ ਹੁੰਦੇ ਸਾਊਥ ਭਰੇ ਹੁੰਦੇ ਆ ਪੜ੍ਹਨ ਉਸ ਤੋਂ ਬਾਅਦ ਸਾਡੇ ਨੂੰ ਵੱਧ ਤਾਂ ਬਿਹਾਰ ਦੇ ਆ ਪਟਨਾ ਆ ਉੱਤਰਾਖੰਡ ਝਾਰਖੰਡ ਇਹ ਜ਼ਿਆਦਾ ਬੱਚੇ ਆ ਅਟਰੈਕਟ ਵੀ ਸਾਡੇ ਪੰਜਾਬ ਚ ਇਸ ਤੋਂ ਬੱਚੇ ਉੱਭਰ ਨਹੀਂ ਪਾ ਰਹੇ ਬਈ ਐਸਾ ਕੀ ਆ ਇਸ ਵਿੱਚ ਨਾ ਕਿ ਉਹ ਬਾਹਰ ਦਾ ਖਾਬ ਦੇਖਦੇ ਕੰਟਰੀ ਜਾ ਕੇ ਸੈੱਟ ਹੋਣਾ ਚਾਹੁੰਦੇ ਆ ਉੱਥੇ ਚਾਰਜਸ ਲੱਗੇ ਹੁੰਦੇ ਬੈਲਟਾਂ ਲੱਗ ਗਈਆਂ ਨੱਕ ਨੂੰ ਮੈਂ ਦੇਖਿਆ ਕਿੰਨੇ ਰਿਸ਼ਤੇਦਾਰ ਆ ਕੰਮ ਕਰਦੇ ਦਿਹਾੜੀਆਂ ਕਰਦੇ ਆ ਡਿਪਰੈਸ਼ਨ ਦੇ ਮਾਰੇ ਹੁੰਦੇ ਨਾ ਗੱਲ ਕਰਦੇ ਉਹ ਲਾਈਫ ਨੀ ਹੈਗੀ ਉਹ ਤੁਸੀਂ 2 ਦਿਨ ਐਸ਼ ਕਰੋ ਚਲੋ ਠੀਕ ਹੈ ਵੀਕਐਂਡ ਆ ਗਿਆ ਤੁਸੀਂ ਯਾਰ ਕਰ ਲਿਆ ਜੋ ਇੱਕ ਹੀ ਕਰਦੇ ਆ ਪਰ ਲਾਈਫ ਜਿਹੜੀ ਸਾਡੀ ਆ ਉਹ ਤੁਸੀਂ ਨੈਕਸਟ ਲੈਵਲ ਸਾਡੀ ਇੱਕ ਅਲੱਗ ਹੀ ਐਕਸਪੋਜ਼ਰ ਸਾਡਾ ਹਮੇਸ਼ਾ ਮੈਂ ਆਪਣੇ ਸ਼ੋਅ ਚ ਕੋਸ਼ਿਸ਼ ਕਰਦੀ ਜਿਨ੍ਹਾਂ ਨੇ ਆਪਣੇ ਸ਼ਹਿਰ ਨੂੰ ਪੰਜਾਬ ਨੂੰ ਚੁਣਿਆ ਰਹਿਣ ਵਾਸਤੇ ਤੇ ਪੂਰੀ ਦੁਨੀਆ ਘੁੰਮੇ ਨੇ ਉਹਨਾਂ ਦੇ ਵਿੱਚੋਂ ਰਾਜਿੰਦਰ ਜੀ ਹੈਗੇ ਨੇ ਕਿ ਬਹੁਤ ਸਾਰੇ ਆਪਾਂ ਦੇਖੋ ਐਂਟਰਪ੍ਰੀਨਿਓਰਸ ਨੂੰ ਮਿਲੇ ਆ ਆਪਾਂ ਪ੍ਰੋਫੈਸ਼ਨਲਸ ਨੂੰ ਮਿਲੇ ਆ ਕਿ ਜਿਨ੍ਹਾਂ ਨੇ ਪੰਜਾਬ ਨੂੰ ਚੁਣਿਆ ਪਰ ਦੁਨੀਆ ਘੁੰਮੀ ਸੋ ਇਹੀ ਨੂੰ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਆਪਣੇ ਸ਼ੋਅ ਤੋਂ ਮੈਸੇਜ ਦਵਾਂ ਸਾਰਿਆਂ ਨੂੰ ਕਿ ਅਸੀਂ ਆਪਣੀ ਧਰਤੀ ਤੇ ਰਹਿ ਕੇ ਬਹੁਤ ਕੁਝ ਕਰ ਸਕਦੇ ਹਾਂ ਵੀ ਜਸਟ ਨੀਡ ਟੂ ਵਰਕ ਹਾਰਡ ਵੀ ਨੀਡ ਟੂ ਬੀ ਅਵੇਅਰ ਅਬਾਊਟ ਇਟ ਸੋ ਇਹਨਾਂ ਨੇ ਹੁਣੇ ਹੁਣੇ ਅਕੈਡਮੀ ਸ਼ੁਰੂ ਕੀਤੀ ਹੈ ਬੋਰਨ ਟੂ ਫਲਾਈ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਵਿੱਚ ਕਈ ਟਾਈਪ ਦੀ ਅਕੈਡਮੀਜ਼ ਜਾਂ ਕਈ ਕੁਝ ਹੈਗਾ ਬਟ
ਕੋਈ ਸਾਡੇ ਵਰਗਾ ਹੀ ਬੰਦਾ ਉਸ ਨੂੰ ਸ਼ੁਰੂ ਕਰ ਰਿਹਾ ਪੰਜਾਬ ਦੀਆਂ ਪ੍ਰੋਬਲਮਸ ਨੂੰ ਪੂਰਾ ਅਨਾਲਿਸਿਸ ਕਰਦੇ ਹੋਏ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਵੇਂ ਕਿ ਮੈਂ ਆਪਣੀ ਆਈ ਟੀ ਕੰਪਨੀ ਦੀ ਗੱਲ ਕਰਾਂ ਤਾਂ ਮੈਨੂੰ ਪਤਾ ਹੈ ਕਿ ਹਾਂ ਮੈਂ ਆਪਣੇ ਪਿੰਡ 'ਚ ਸ਼ੁਰੂ ਕੀਤੀ ਆ ਜੇ ਮੇਰੇ ਪਿੰਡ ਤੋਂ 4 ਬੱਚਿਆਂ ਨੇ ਜੁਆਇਨ ਕੀਤਾ ਤੇ ਮੈਂ ਇਹਨਾਂ ਨੂੰ ਕਿਵੇਂ ਟ੍ਰੇਨ ਕਰਨਾ ਇਹਨਾਂ ਦਾ ਥੋਟ ਪ੍ਰੋਸੈਸ ਕਿੱਦਾਂ ਦਾ ਹੋਵੇ ਕਿਵੇਂ ਇਹਨਾਂ ਨੂੰ ਅਸੀਂ ਟੋਪ ਆਈ ਟੀ ਪ੍ਰੋਫੈਸ਼ਨਲ ਬਣਾਉਣਾ ਸੋ ਮੈਨੂੰ ਲੱਗਦਾ ਕਿ ਸਿਮੀਲਰ ਹੀ ਇਹਨਾਂ ਦਾ ਥੋਟ ਆ ਔਨ ਟੂ ਫਲਾਈ ਦਾ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਏਵੀਏਸ਼ਨ ਅਕੈਡਮੀ ਜਿਹੜੀ ਤੁਸੀਂ ਸਟਾਰਟ ਕੀਤੀ ਐਕਚੁਅਲੀ ਹੋਇਆ ਕਿ ਸੀ ਕਿ ਜਦੋਂ ਮੈਂ ਪੜ੍ਹਦਾ ਸੀ ਨਾ ਉਦੋਂ ਮੈਂ ਮਤਲਬ ਰੱਬ ਵੱਲੋਂ ਉਦਾਂ ਮੈਨੂੰ ਹੁਸ਼ਿਆਰ ਨਹੀਂ ਸੀ ਠੀਕ ਹੈ ਆਈ ਵਾਜ਼ ਅ ਐਵਰੇਜ ਸਟੂਡੈਂਟ ਠੀਕ ਹੈ ਬਟ ਜਦੋਂ ਕਿਸੇ ਚੀਜ਼ ਤੇ ਪੈਸ਼ਨ ਹੋਵੇ ਨਾ ਤੁਸੀਂ ਓਨਲੀ ਦੂਣੀ ਮਿਹਨਤ ਕਰਦੇ ਤੇ ਮੈਂ ਐਵਰੇਜ ਮੇਂ 70% ਹੋਣਗੇ ਕਿੰਨੇ ਹੋ 72 ਹੋਣਗੇ ਇਹਨੂੰ ਇੰਨਾ ਕੀ ਹੋਸੀ ਮੈਂ ਜ਼ਿਆਦਾ ਟੋਪਰ ਨਹੀਂ ਹੈਗਾ ਠੀਕ ਹੈ ਜਦੋਂ ਮੈਂ ਵਿਸ਼ੇ ਆਇਆ ਤੇ ਮੈਂ ਸਾਰੇ ਟੋਪ ਕੀਤਾ ਕਿਸੇ 90+ ਆ ਰਹੇ ਕਿਸੇ 98 ਆ ਰਹੇ ਨਾ ਇੱਕ ਪੈਸ਼ਨ ਸੀ ਕਿ ਯਾਰ ਇਹ ਕਰਨਾ ਵਾ ਤੇ ਜਿਹੜੀ ਚੀਜ਼ ਪੈਸ਼ਨ ਕਰਦੇ ਹੋ ਹਮੇਸ਼ਾ ਤੁਸੀਂ ਜ਼ਿਆਦਾ ਹਿੰਮਤ ਨਾਲ ਕਰਦੇ ਜ਼ਿਆਦਾ ਪੜ੍ਹਦਾ ਸੀ ਮੈਂ ਬੜੇ ਨੰਬਰ ਵਾਸਤੇ ਮੇਰੇ ਨਾ ਕਈ ਜਿਹੜੇ ਹੁਣ ਮੇਰੇ ਵੱਡੇ ਭਰਾ ਹੋਣ ਗਏ ਉਹ ਲੱਗੇ ਹੋਏ ਏਅਰਲਾਈਨਸ 'ਚ ਠੀਕ ਹੈ ਉਦੋਂ ਇੰਟਰਵਿਊ ਤੇਰੀ ਕਰ ਸੀ ਇੰਡੀਗੋ 'ਚ ਤੇ ਉਹ ਸਗੋਂ ਮੇਰੇ ਤੋਂ ਪੁੱਛਦੇ ਯਾਰ ਦੱਸੋ ਕਿੱਦਾਂ ਆ ਗਏ ਯਾਰ ਤੂੰ ਜ਼ਿਆਦਾ ਹੁਸ਼ਿਆਰ ਹੈ ਦੱਸ ਉੱਥੇ ਮੇਰੇ ਦਿਮਾਗ ਕੀੜਾ ਪੈ ਗਿਆ ਫੁੱਲਮ ਅਕੈਡਮੀ ਜਿੰਨਾ ਬੋਰਡ ਡਿਪਲੇ ਹੋ ਗਏ ਅੱਜ ਤੋਂ ਮਤਲਬ 12 ਸਾਲ ਪਹਿਲਾਂ ਨਹੀਂ ਰੱਖੀ ਗਈ ਇਸ ਚੀਜ਼ ਦੀ ਬਟ ਇਹ ਪਲਾਨ ਸੀ ਬਟ ਪਲਾਨ ਐਗਜ਼ੀਕਿਊਟ ਕੀਤਾ ਬਾਅਦ ਚੋਂ ਜਦੋਂ ਮੇਰੇ ਕੋਲ ਟਾਈਮ ਸੀ ਗਿਆ ਹੁਣ ਫਲਾਇੰਗ ਬ੍ਰੇਕ ਪੈ ਗਈ ਹੁਣ ਕੁਛ ਕਰਨਾ ਕੀਤਾ ਜਾਵੇ ਤੇ ਉਸ ਦੇ ਵਿੱਚ ਜਦੋਂ ਮੈਂ ਫਲਾਇੰਗ ਕਰਦਾ ਵੀ ਸੀ ਤੇ ਉਸ 'ਚ ਵੀ ਮੈਂ ਬੜੇ ਬੱਚੇ ਪੜ੍ਹਾਏ ਮੇਰੇ ਫਰੈਂਡ ਦੇ ਭਰਾ ਹੋ ਗਏ ਠੀਕ ਹੈ ਜਾਂ ਕੋਈ ਕੈਪਟਨ ਉਹਦਾ ਬੇਟੇ ਨੇ ਪੜ੍ਹਨਾ ਮੈਂ ਪੜ੍ਹਾਉਂਦਾ ਸੀ ਉਹਨਾਂ ਨੂੰ ਗੇਮਰ ਇਨ ਟੱਚ ਨਾ ਛੱਡਣਾ ਹਮੇਸ਼ਾ ਮੈਂ ਕਹਿੰਦਾ ਦੂਰ ਨਹੀਂ ਗਿਆ ਚੀਜ਼ ਦਾ ਮੇਰੇ ਕੋਲ ਮਤਲਬ ਦਿਮਾਗ ਸੀ ਕਿ ਨਹੀਂ ਆਈ ਐਮ ਗੁੱਡ ਇਨ ਦੈਟ ਕਿਉਂ ਨਾ ਚੀਜ਼ ਵੱਡੀ ਜਾਵੇ ਕਿਉਂ ਨਾ ਇੱਕ ਸਕਾਈ ਜਾਵੇ ਕਿਸੇ ਨੂੰ ਇਹੋ ਜਿਹੇ ਇਨਸਾਨ ਵੀ ਬੜੇ ਘੱਟ ਹੁੰਦੇ ਕਿ ਜਿਹੜੇ ਆਪਣੇ ਵਰਗੇ ਚਾਹੁੰਦੇ ਕਿ ਹਜ਼ਾਰਾਂ ਬਣ ਜਾਣ ਰਾਈਟ ਸੋ ਹੀ ਇਜ਼ ਅਗੇਨ ਵਨ ਆਫ ਦੈਮ ਆਈ ਥਿੰਕ ਕਿ ਟ੍ਰੈਵਲ ਨੇ ਤੁਹਾਨੂੰ ਜ਼ਿਆਦਾ ਐਕਸਪੋਜ਼ਰ ਦਿੱਤਾ ਯੂ ਹੈਵ ਬਿਕਮ ਅ ਗ੍ਰੇਟ ਪਰਸਨ ਵਿਦ ਟਾਈਮ ਕੀ ਹੈ ਨਾ ਕਿ ਆਪਾਂ ਗਿਵਰ ਬਣਨਾ ਹੈ ਆਪਣੇ ਵਰਗੇ ਬੱਚੇ ਹੋਰ ਬਣਾਈਏ ਆਪਣੇ ਪੰਜਾਬ ਦੇ ਬੱਚਿਆਂ ਨੂੰ ਹੋਰ ਕਿੱਦਾਂ ਵਧੀਆ ਕਰੀਏ ਸੋ ਜੇ ਆਪਾਂ ਸਰਵਿਸਿਜ਼ ਦੀ ਗੱਲ ਕਰੀਏ ਕਿ ਬੋਰਨ ਟੂ ਫਲਾਈ ਅਕੈਡਮੀ ਦੀ ਆਪਾਂ ਗੱਲ ਕਰੀਏ ਕਿ ਆਈ ਹੈਵ ਫਾਊਂਡ ਕਿ ਇਟ ਇਜ਼ ਕੁਆਇਟ ਡਿਫਰੈਂਟ ਲਿਮਿਟਿਡ ਜੋਬਸ ਤੇ ਹੀ ਕੰਮ ਹੋ ਰਿਹਾ ਇੰਸਟੀਚਿਊਟਸ ਵੱਲੋਂ ਹਾਊ ਬੋਰਨ ਟੂ ਫਲਾਈ ਇਜ਼ ਡਿਫਰੈਂਟ ਐਂਡ ਇਹਦੀਆਂ ਸਰਵਿਸਿਜ਼ ਕਿਹੜੀਆਂ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਜੇ ਸਰਵਿਸਿਜ਼ ਦੀ ਜਿੱਦਾਂ ਮੈਨੂੰ ਲੱਗਦਾ ਵਾ ਕਿ ਕੋਈ ਵੀ ਕੈਪਟਨ ਦੀ ਅਕੈਡਮੀ ਹੈ ਨਹੀਂ ਜਿਹਦੇ ਕੈਮਿਕਲ ਨੂੰ ਟ੍ਰੇਨ ਕਰਦੇ ਹੋਣ ਐਂਡ ਸਭ ਤੋਂ ਇਹ ਗੱਲ ਕੀ ਸਾਡੇ ਜਿਹੜੇ ਜਿੰਨੇ ਵੀ ਐਮਪਲੋਇਜ਼ ਆ ਦੇ ਆਲ ਫਰੋਮ ਦਾ ਐਕਸਪੀਰੀਅੰਸ ਏਅਰਲਾਈਨ ਵਨ ਇਜ਼ ਫਰੋਮ ਦਾ ਐਮੀਰੇਟਸ ਵਨ ਫਰੋਮ ਦਾ ਕਤਰ ਠੀਕ ਹੈ ਵਨ ਫਰੋਮ ਦਾ ਇੰਡੀਗੋ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਦੀਆਂ ਜੌਬਸ ਏਅਰਲਾਈਨਸ 'ਚ ਹੁੰਦੀਆਂ ਬਟ ਸਾਡੇ ਰੱਬ ਵੱਲੋਂ ਇੱਕ ਦਾਤ ਆ ਪੰਜਾਬ ਨੂੰ ਕਿ ਮੁੰਡੇ ਕੁੜੀਆਂ ਸੋਹਣੇ ਹੁੰਦੇ ਇੱਥੇ ਹਾਈਟ ਵਧੀਆ ਹੁੰਦੀ ਹੈ ਨਾ ਇਹ ਸਭ ਤੋਂ ਵੱਡਾ ਬੈਨੀਫਿਟ ਆਪਣੇ ਪੰਜਾਬ ਤੋਂ ਠੀਕ ਹੈ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਵਰਕਆਊਟ ਕਰਦੇ ਹਾਂ ਇੱਕ ਚੀਜ਼ ਹੋਰ ਸੀ ਕਿ ਕਈਆਂ ਨੂੰ ਨਾ ਫੀਅਰ ਵੀ ਹੁੰਦਾ ਦਿਮਾਗ 'ਚ ਕਿ ਉਹਨਾਂ ਲੱਗਦਾ ਕਿ ਪਾਇਲਟ ਬਣਨਾ ਜਾਂ ਜਿਹੜੀ ਏਅਰਲਾਈਨ ਆ ਕਿੰਨੀ ਅਨਸੇਫ ਆ ਕਿਉਂਕਿ ਲੱਗਦਾ ਕਿ ਅੱਛਾ ਐਕਸੀਡੈਂਟ ਹੋ ਜਾਏਗਾ ਤੇ ਜਿੱਦਾਂ ਬਚਣਾ ਨਹੀਂ ਹੈ ਨਾ ਬਟ ਇਹਦੇ ਤੇ ਥੋੜਾ ਜਿਹਾ ਜ਼ਰੂਰ ਬੋਲੋ ਕਿ ਨੰਬਰ ਆਫ ਐਕਸੀਡੈਂਟਸ ਕਿੰਨੇ ਘੱਟ ਹੁੰਦੇ ਆ ਇਹ ਸਭ ਤੋਂ ਸੇਫੈਸਟ ਜਿਹੜਾ ਵੇ ਹੈ ਨਾ ਟ੍ਰੈਵਲ ਦਾ ਦੈਟਸ ਏਅਰਵੇ ਹਾਂ ਸਭ ਤੋਂ ਘੱਟ ਜਿਹੜੇ ਐਕਸੀਡੈਂਟ ਹੁੰਦੇ ਦੈਟਸ ਇਨ ਏਅਰਲਾਈਨ ਹੁਣ ਕਿੰਨੇ ਸਾਲ ਹੋ ਗਏ ਕੋਈ ਐਕਸੀਡੈਂਟ ਹੋਇਆ ਨਹੀਂ 2019 ਚ ਹੋਇਆ ਸੀ ਉਹ ਵੀ 2 ਏਅਰਕ੍ਰਾਫਟ ਕ੍ਰੈਸ਼ ਹੋ ਗਈ ਉਹ ਵੀ ਡਿਊ ਟੂ ਦਾ ਮੈਨੂਫੈਕਚਰਿੰਗ ਇਸ਼ੂ ਤੇ ਕਾਰਾਂ ਰੋਜ਼ ਵੱਜਦੀਆਂ ਯਾ 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 ਤੋ ਤੁਹਾਨੂੰ ਪਤਾ ਹੋਵੇ ਸ਼ਾਇਦ ਇੰਸੀਡੈਂਟ ਦਾ ਕਿ ਬੋਇੰਗ 737 ਮੈਕਸ ਨਿਊਜ਼ ਸੀ ਕੱਢੀ ਸੀ ਬੋਇੰਗ ਨੇ ਉਹਦੇ ਵਿੱਚ ਜਿਹੜਾ ਮੈਕਟ੍ਰਿਮ ਸੀ ਉਹ ਚ ਟਿੱਕਰ ਸੀ ਤੇ ਉਹਨਾਂ ਨੇ ਫਿਰ ਵੀ ਉਹਨਾਂ ਨੂੰ ਇਸ਼ੂ ਕਰਾਇਆ ਠੀਕ ਹੈ ਉਹ ਜਦੋਂ 2 ਕ੍ਰੈਸ਼ ਹੋਏ 1 ਸੀ ਇੰਡੋਨੇਸ਼ੀਆ ਬੈਠ ਜਾਂਗੇ ਬਟ ਸਾਡਾ ਮੇਨ ਜੋ ਮਕਸਦ ਆ ਉਹ ਕੀ ਹੈ ਕਿ ਇਨ ਦਾ ਕੇਸ ਆਫ ਐਮਰਜੈਂਸੀ ਅਸੀਂ ਬਚਾਉਣਾ ਉਹਨਾਂ ਨੂੰ ਮੈਂ ਆਪਣੀ ਆਡੀਅੰਸ ਦਾ ਵੀ ਸ਼ੇਅਰ ਕਰਨਾ ਚਾਹੁੰਦੀ ਕਿ ਨੰਬਰ ਆਫ ਐਕਸੀਡੈਂਟਸ ਜੇ ਏਅਰਲਾਈਨ ਦੇ ਲਈਏ ਤੇ ਇੱਕ ਕੋਈ 2 ਸਾਲਾਂ ਦਾ ਇੱਕ ਹੋਏਗਾ ਤੇ ਕਾਰਾਂ ਦੇ ਟ੍ਰੇਨ ਦੇ ਬੱਸਾਂ ਦੇ ਹਨਾ ਬਾਕੀ ਜਿੰਨੇ ਵੀ ਆਪਾਂ ਮੋਡ ਆਫ ਟ੍ਰਾਂਸਪੋਰਟ ਆ ਉਹਨਾਂ ਦੇ ਮੈਕਸਿਮਮ ਅਨਗਿਣਤ ਹੈਗੇ ਆ ਕਿ ਅਸੀਂ ਗਿਣ ਵੀ ਨਹੀਂ ਸਕਦੇ ਕਿ ਰੋਜ਼ ਕਿੰਨੇ ਹੁੰਦੇ ਆ ਸੋ ਰੀਅਲੀ ਇਟ ਇਜ਼ ਵਨ ਆਫ ਦਾ ਸੇਫੈਸਟ ਸੋ ਇਹੋ ਜਿਹੀ ਚੀਜ਼ ਆਪਣੇ ਮਾਈਂਡ 'ਚ ਨਹੀਂ ਰੱਖਣੀ ਜਿਹਦੇ ਕਰਕੇ ਅਨਨੈਸੈਸਰੀ ਸਾਡੇ ਬੱਚਿਆਂ ਦੇ ਕਰੀਅਰ 'ਚ ਜਿਹੜਾ ਉਹ ਇੱਕ ਹਰਡਲ ਆ ਰਿਹਾ ਹੋਰ ਪੁਆਇੰਟ ਜਿੱਥੇ ਮੈਂ ਗੱਲ ਕਰਨਾ ਚਾਹੁੰਦੀ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜਿੱਦਾਂ ਕੈਬਿਨ ਕਰਿਊ ਕੋਸ ਏਅਰ ਹੋਸਟੈਸ ਜਾਂ ਫਲਾਇੰਗ ਸਟੀਵਰਡ ਕੋਈ ਵੀ ਰਾਈਟ ਸੋ ਦੇ ਆਰ ਜਨਰਲੀ ਹੈ ਨਾ ਸਰਵਿੰਗ ਦਾ ਪੈਸੰਜਰਸ ਠੀਕ ਹੈ
ਉਹਨਾਂ ਨੂੰ ਖਾਣਾ ਦੇਣਾ ਜਾਂ ਕਿਤੇ ਵੀ ਲੱਗੇ ਕਿ ਹਾਂ ਉਹਨਾਂ ਨੂੰ ਕੋਈ ਵੀ ਦਿੱਕਤ ਆ ਰਹੀ ਆ। ਲੋਕ ਇਸ ਜੌਬ ਨੂੰ ਕਈ ਵਾਰੀ ਸਹੀ ਤਰੀਕੇ ਨਾਲ ਆਪਣੇ ਮਾਇੰਡ 'ਚ ਨਹੀਂ ਲੈਂਦੇ, ਪਰ ਜੇ ਤੁਸੀਂ ਮੈਨੂੰ ਪਰਸਨਲੀ ਪੁੱਛੋ ਕਿ ਦੇਰ ਇਜ਼ ਨਥਿੰਗ ਯੂ ਨੋ ਬੈਡ ਇਨ ਡੂਇੰਗ ਐਨੀ ਕਾਈਂਡ ਆਫ ਵਰਕ, ਪਲੱਸ ਹੇਅਰ ਆਈ ਵਾਂਟ ਯੂ ਟੂ ਹਾਈਲਾਈਟ ਕਿ ਇਸ ਤੋਂ ਇਲਾਵਾ ਵੀ ਉਹ ਕਿੰਨੇ ਟ੍ਰੇਨ ਟੈਕਨੀਕਲੀ ਕਿੰਨੇ ਸਾਊਂਡ ਹੁੰਦੇ ਕਿ ਜਦੋਂ ਹੋ ਜਾਏ ਐਮਰਜੈਂਸੀ, ਕੋਈ ਵੀ ਐਮਰਜੈਂਸੀ, ਐਕਸ ਵਾਈ ਜ਼ੈਡ ਕੁਛ ਵੀ ਹੁੰਦਾ, ਠੀਕ ਹੈ, ਉਹਦੇ ਵਿੱਚ ਫਿਰ ਜਿਹੜੇ ਸਾਡੇ ਨਾ ਕੈਬਿਨ ਕਰੂ ਹੁੰਦੇ ਆ ਜਿਹਦੇ ਵਿੱਚ ਮੁੰਡੇ ਕੁੜੀਆਂ ਦੋਵੇਂ ਹੁੰਦੇ ਆ, ਜੇ ਮੁੰਡੇ ਆਪਾਂ ਕਹਿੰਦੇ ਫਲਾਈਟ ਅਟੈਂਡੈਂਟ ਕਹਿ ਦੋ ਆਪਾਂ ਕੁਛ ਵੀ ਕਰ, ਉਹਨਾਂ ਦਾ ਮੇਨ ਰੋਲ ਹੁੰਦਾ ਉਦੋਂ, ਜਾਂ ਕਿਸੇ ਨੂੰ ਕੋਈ ਹਾਰਟ ਅਟੈਕ ਆ ਗਿਆ, ਕਿਸੇ ਕੋਈ ਬਿਮਾਰ ਹੋ ਗਿਆ, ਕਿਸੇ ਨੋਜ਼ੀਆ ਹੋ ਗਿਆ, ਉਹਨਾਂ ਕੌਣ ਹੈਲਪ ਕਰਦਾ, ਇਹ ਤਾਂ ਕਰਦੇ, ਠੀਕ ਹੈ, ਇਹਦਾ ਬਹੁਤ ਮੇਨ ਰੋਲ ਆ, ਇਹਨਾਂ ਬਿਨਾਂ ਇੱਕ ਕ੍ਰਾਫਟ ਨਹੀਂ ਚੱਲ ਸਕਦਾ, ਨਹੀਂ ਚੱਲ ਸਕਦਾ, ਸੋ ਹੀ ਕਿ ਜੇ ਉਹ ਸਾਨੂੰ ਸਰਵ ਕਰ ਰਹੇ ਆ ਜਾਂ ਅਸੀਂ ਕਿਸੇ ਨੂੰ ਹੈਲਪ ਕਰ ਰਹੇ ਆ ਤੇ ਦੈਟ ਇਜ਼ ਜਸਟ ਵੈਰੀ ਲੈਸ ਪਰਸੈਂਟੇਜ ਆਫ ਦੈਟ ਜੌਬ। ਇੱਦਾਂ ਦਾ ਜਿਹੜਾ ਥੋਟ ਪ੍ਰੋਸੈਸ ਆਪਣੇ ਮਾਇੰਡ ਚੋਂ ਕੱਢਣਾ ਚਾਹੀਦਾ, ਬਿਕੋਜ਼ ਬਹੁਤ ਸਾਰੀਆਂ ਗਰਲਸ ਆ ਜਾਂ ਬੋਇਜ਼ ਆ ਜਿਹੜੇ ਕਿ ਇੰਟਰਨੈਸ਼ਨਲ ਏਅਰਲਾਈਨਸ ਤੱਕ ਪਹੁੰਚ ਗਏ ਆ ਐਂਡ ਦੇ ਆਰ ਅਰਨਿੰਗ ਸੋ ਵੈਲ। ਸੋ ਇੱਕ ਚੀਜ਼ ਹੋਰ ਆਪਾਂ ਗੱਲ ਕਰਾਂਗੇ ਕਿ ਐਜ਼ ਅ ਏਅਰ ਹੋਸਟੈਸ ਚੱਲੀ ਕੋਈ ਗਰਲ ਹਨਾ ਤੇ ਉਹਨੇ ਆਪਣਾ ਕਰੀਅਰ ਇੱਕ ਤਰ੍ਹਾਂ ਦਾ ਸਟਾਰਟ ਕਰ ਲਿਆ, ਸੋ ਆਈ ਵਾਂਟ ਯੂ ਟੂ ਗਿਵ ਐਨ ਐਗਜ਼ਾਮਪਲ ਕਿ ਜਿੱਥੇ ਉਹੀ ਪਾਇਲਟ ਵੀ ਬਣ ਗਿਆ। ਹਾਂਜੀ ਹਾਂਜੀ, ਮੇਰੇ ਕੋਲ ਖੁਦ ਮੇਰੇ ਸਟੂਡੈਂਟ ਨੇ 10-12 ਜਿਹੜੇ ਸੀਪਲ ਕੀਤੇ ਹੋਏ ਇਹਨਾਂ ਨੇ ਤੇ ਹੁਣ ਦੇ ਆਰ ਏਅਰਲਾਈਨ। ਇੱਕ ਮੇਰਾ ਮੁੰਡਾ ਸਭ ਤੋਂ ਪਹਿਲਾ ਜਿਹੜਾ ਮੇਰਾ ਕੇਸ ਹੈ, ਦੈਟਸ ਅਭਿਸ਼ੇਕ ਪਾਏ, ਹੀ ਇਜ਼ ਫਰਮ ਮਹਾਰਾਸ਼ਟਰ, ਹੀ ਵਾਸ ਵਰਕਿੰਗ ਵਿਦ ਦਾ ਏਅਰ ਇੰਡੀਆ। ਉਹਨੇ ਆਪਣਾ ਇੱਦਾਂ ਕੀਤਾ ਕਿ ਉਹਨੇ ਪਹਿਲਾਂ ਜੋਬ ਕੀਤੀ, ਕਿਉਂਕਿ ਜਿਹੜੇ ਹੁੰਦੇ ਕੈਬਨ ਟੂਰ ਦੇ ਅਰਨਿੰਗ ਗੁੱਡ, ਸਟਾਰਟਿੰਗ ਹੁੰਦੀ ਆ 70-80,000 ਰੁਪਏ, ਵੱਧਦੀ ਵੱਧਦੀ ਬਟ 1.5 ਲੱਖ 2 ਲੱਖ ਹੈ ਨਾ ਜਦੋਂ ਲੀਡ ਕੈਬਨ ਟੂਰ ਬਣਦੇ ਆ, ਇਹ ਵੱਧ ਦਾ ਨਕਸ਼ ਪੈਂਦਾ ਨਾਲੇ ਸੈਲਰੀ ਵੱਧਦੀ ਹੁੰਦੀ। ਉਹਨੇ ਪਹਿਲਾਂ ਪੈਸੇ ਇਕੱਠੇ ਕੀਤੇ, ਪੈਸੇ ਇਕੱਠੇ ਹੋ ਗਏ ਉਸ ਕੋਲ, ਉਸ ਤੋਂ ਬਾਅਦ ਉਹਨੇ ਫਿਰ ਸੀਪਲ ਹੀ ਕਰਤਾ ਇਨੀਸ਼ੀਏਟ। ਇੱਦਾਂ ਦੇ ਇੱਕ ਹੋਰ ਲਿਸ਼ੀਗੜ੍ਹ ਲੜਕੀ ਸੀ ਇੱਕ, ਉਸ ਤੋਂ ਬਾਅਦ ਫਿਰ ਇੱਕ ਕੁੜੀ ਸੀ ਹੋਰ ਪਵਨ, ਉਹ ਸੀ ਉਹ ਪੰਜਾਬ ਦੇ, ਬਹੁਤ ਸਾਰੇ ਬੱਚੇ ਜਿਹੜੇ ਕਿ ਇਹ ਤਾਂ ਮਤਲਬ ਬਹੁਤ, ਇਹ ਤਾਂ ਏਅਰਲਾਈਨ ਚ ਐਂਟਰ ਕਰਨਾ ਹੀ ਵੱਡੀ ਗੱਲ। ਉਸ ਤੋਂ ਬਾਅਦ ਤਾਂ ਤੁਹਾਡੇ ਦਿਮਾਗ ਆ ਤੁਸੀਂ ਕੀ ਕਰਨਾ ਚਾਹੁੰਦੇ ਹੋ। ਮੋਸਟ ਆਫ ਗਰਲਸ ਦਾ ਇਹੀ ਹੁੰਦਾ ਕਿ ਅਸੀਂ ਪਾਇਲਟ ਬਣਨਾ, ਜਦੋਂ ਦੇਖਦੇ ਨਾ ਸਾਨੂੰ ਆਉਂਦਿਆਂ ਚ ਫਲਾਈ ਕਰਦੇ ਆ, ਸਾਡਾ ਵੱਖਰੇ ਇੱਕ ਸਟੇਟਸ ਹੁੰਦਾ ਉੱਥੇ ਨਾ, ਅਸੀਂ ਵੀ ਆਰ ਦ ਕਿੰਗ ਆਫ ਦ ਏਅਰਕ੍ਰਾਫਟ, ਏਅਰਪੋਰਟ ਦੇ ਰਾਜੇ ਹੁੰਦੇ ਬੇਸਿਕਲੀ ਅਸੀਂ, ਯੂ ਨੋ, ਉਹ ਦੇਖਦੇ ਆ ਲਾਈਫ ਸਟਾਈਲ, ਸੈਲਰੀ ਪੈਕੇਜ ਆ ਗੁੱਡ, ਠੀਕ ਆ, ਤੇ ਉਹ ਫਿਰ ਓਬਵੀਅਸਲੀ ਉਹ ਅਟਰੈਕਟ ਹੁੰਦੇ ਉਹ ਚੀਜ਼ ਕਿ ਅਸੀਂ ਆ ਕਰੀਏ। ਸੋ ਇਹ ਕਿ ਜਦੋਂ ਸਪੋਜ਼ ਕੋਈ 20-25 ਲੱਖ ਲਾ ਕੇ ਕੈਨੇਡਾ ਚਲ ਗਿਆ ਤੇ ਉਦੋਂ ਵੀ ਤੇ ਆਪਾਂ ਆਡ ਜੌਬਸ ਕਰਦੇ ਜਾਂ ਆਪਾਂ ਸਟੂਡੈਂਟ ਆ, ਸੋ ਕੋਈ ਵੀ ਜੌਬ ਜਿਹੜੀ ਆ ਉਹ ਲੋ ਹਾਈ ਨਹੀਂ ਹੁੰਦੀ। ਮੈਂ ਪਰਟੀਕੂਲਰਲੀ ਇਹ ਕੁਐਸਚਨ ਲਿਆ ਕਿਉਂਕਿ ਪੰਜਾਬ ਦਾ ਮਾਇੰਡ ਸੈਟ ਕਿਤੇ ਨਾ ਕਿਤੇ ਇੱਧਰ, ਪਰ ਪੂਰੇ ਵਰਲਡ ਦਾ ਮਾਇੰਡ ਸੈਟ ਇਹ ਜਿਹੜਾ ਨਹੀਂ ਹੈਗਾ, ਵੀ ਨੀਡ ਟੂ ਕਮ ਲੀਡ ਹੁੰਦੀ ਆ, ਤੁਸੀਂ ਹੌਲੀ ਸਿਖਾਉਣ ਲੱਗ ਪੈਂਦੇ ਹੋ, ਤੁਹਾਡੀ ਪ੍ਰਮੋਸ਼ਨ ਹੁੰਦੀਆਂ ਨੇ, ਤੁਸੀਂ ਉਸ ਏਅਰਲਾਈਨ ਦੇ ਇੱਕ ਸਟਾਫ ਬਣ ਜਾਂਦੇ, ਤੁਸੀਂ ਟ੍ਰੇਨ ਕਰੋ ਨਵੇਂ ਬੱਚੇ ਹੁੰਦੇ ਆ, ਹਰ ਸਾਲ ਹਰ ਏਅਰਲਾਈਨ ਘੱਟੋ ਘੱਟ ਵੀ 500-600 ਨਵੇਂ ਏਅਰ ਹੋਸਟਸ ਰੱਖਦੀਆਂ ਨੇ, ਕਿ ਹਜੇ ਸ਼ੋਰਟੇਜ ਆ ਇਸ ਚੀਜ਼ ਦੀ। ਜੇ ਮੋਸਟਲੀ ਜਿਹੜੀ ਹੁੰਦੀ ਹੈ ਇਹਨਾਂ ਦੀ ਜਿਹੜੀ ਅਸੀਂ ਰੱਖਣਾ, ਦੈਟਸ ਗਰਲਸ ਨੂੰ ਮਿਲਦੀ ਹੈ, ਤਾਂ ਕੁੜੀਆਂ ਹੀ ਜ਼ਿਆਦਾ ਰੱਖਦੇ, ਉਹਦਾ ਰੀਜ਼ਨ ਆ ਕਿ ਕੁੜੀਆਂ ਦਾ ਵੇਟ ਘੱਟ ਹੁੰਦਾ ਵਾ, ਵੇਟ ਵਧਣ ਨਾਲ ਕੀ ਹੁੰਦਾ, 1 ਕਰ ਦੀ ਫਿਊਲ ਕੰਸਮਪਸ਼ਨ ਵੱਧ ਜਾਂਦੀ ਹੈ, ਜਿਹਦੇ ਨਾਲ ਕਿ ਫਿਊਲ ਜ਼ਿਆਦਾ ਖਪਤ ਹੁੰਦੇ ਸਾਡੇ। ਉਸ ਨੂੰ ਦੇਖਦੇ ਦੇਖਦੇ ਏਅਰਲਾਈਨਸ, ਮੋਸਟ ਆਫ ਏਅਰਲਾਈਨਸ ਆ ਜਿਵੇਂ ਇੰਡੀਗੋ ਆ, ਹਜੇ ਕੁੜੀਆਂ ਨੂੰ ਜਿਵੇਂ ਇੰਡੀਗੋ ਆ, ਹਜੇ ਕੁੜੀਆਂ ਮੁੰਡੇ ਦਾ ਕਨਾਪੀ ਆਉਣਾ, ਏਡ ਚ ਮੁੰਡੇ ਹੈਗੇ ਆ, ਹਾਂ ਏਅਰ ਏਸ਼ੀਆ ਚ ਮੁੰਡੇ ਹੈਗੇ, ਤਾਂ ਅਭੀ ਇੰਡੀਗੋ ਕੈਸੀ ਰਹਿਣਾ, ਜਿਹੜੀ ਕਿ ਬਹੁਤ ਜਿਹੜੀ ਏਅਰਲਾਈਨ ਹੈ ਜਿਹੜੀ ਆਉਣ ਵਾਲੀ ਦੁਨੀਆ ਚ ਮਤਲਬ ਉਹਦਾ ਨੰਬਰ 1 ਹੋਵੇ, ਉਹ ਵੀ ਲੋ ਕੋਸਟ ਕੈਰੀਅਰ ਚ, ਉਹ ਹੁਣ ਉਹ ਚ ਨਹੀਂ ਹੈਗੇ ਬਸ ਮੁੰਡੇ, ਬਾਕੀ ਸਾਰੇ ਮੁੰਡੇ ਹੈਗੇ ਆ, ਬੜੀ ਜ਼ਿਆਦਾ ਜਿਹੜੀ ਮਿਲਦੀ ਹੈ ਪ੍ਰਾਇਓਰਟੀ ਦੇਅਰ ਫੋਰ ਦ ਗਰਲਸ। ਐਸੇ ਇੱਕ ਕੁਐਸਚਨ ਮੈਨੂੰ ਕਾਫੀ ਪਹਿਲਾਂ ਨਾਲ ਲੈਣਾ ਚਾਹੀਦਾ ਸੀ, ਬਟ ਸਟਿਲ ਆਈ ਵਾਂਟ ਟੂ ਆਸਕ ਕਿ ਜੇ ਕਾਈਂਡਸ ਆਫ ਜੌਬਸ ਦੀ ਗੱਲ ਕਰੀਏ ਤੇ ਕਾਈਂਡਸ ਆਫ ਜੌਬਸ ਕੀ ਆ, ਕਿਉਂਕਿ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਅਜੇ 12th ਪਾਸ ਕੀਤੀ ਆ, ਕਈਆਂ ਨੇ ਅੱਛੇ ਨੰਬਰ ਚ, ਕਈਆਂ ਨੇ ਨਹੀਂ ਅੱਛੇ ਨੰਬਰ ਚ, ਬਹੁਤ ਸਾਰੇ ਬੱਚੇ ਹੋਣਗੇ ਜਿਹਨਾਂ ਦੀ ਪਰਸਨੈਲਿਟੀ ਬਹੁਤ ਵਧੀਆ, ਜਿਹਨਾਂ ਦੀ ਐਵਰੇਜ ਆ, ਬੱਚੇ ਹੋਣਗੇ ਜਿਹਨਾਂ ਕੋਲ ਪੈਸੇ ਹੈਗੇ ਨੇ, ਜਿਹਨਾਂ ਕੋਲ ਨਹੀਂ ਹੈਗੇ। ਸੋ ਟੈਲ ਅਸ ਕਿ ਰੇਂਜ ਆਫ ਜੌਬਸ ਇਨ ਏਵੀਏਸ਼ਨ ਇੰਡਸਟਰੀ, ਕਿ ਤੁਹਾਡੇ ਨਾਲ ਗੱਲ ਕਰਕੇ ਕਿਸੇ ਵੀ ਬੱਚੇ ਕੋ ਕੁਛ ਨਾ ਕੁਛ ਹੋਵੇ ਉੱਧਰ ਜਾਣ, ਕਿੱਥੋਂ ਸ਼ੁਰੂ ਕਰਕੇ ਪਾਇਲਟ ਤੱਕ ਪਹੁੰਚੀ? ਏਵੀਏਸ਼ਨ ਦਾ ਜੀ ਬਹੁਤ ਵੱਡੀ ਫੀਲਡ ਹੈ, ਇਹ ਚ ਬਹੁਤ ਸਾਰੀ ਸਰਵਿਸ ਆਉਂਦੀਆਂ ਨੇ, ਫਸਟ ਆਫ ਆਲ ਦ ਗਰਾਊਂਡ ਸਟਾਫ, ਉਸ ਤੋਂ ਬਾਅਦ ਚਲ ਜੀ ਦੈਨ ਫਲਾਈਟ ਡਿਸਪੈਚਰ। ਫਲਾਈਟ ਡਿਸਪੈਚਰ ਇੱਕ ਐਸਾ ਸ਼ਖਸ ਹੁੰਦਾ ਵਾ ਜਿਹੜਾ ਕਿ ਕੋਈ ਰੂਟ ਦੇ ਬਾਰੇ ਦੱਸਦਾ, ਪਾਇਲਟ ਨੂੰ ਪੂਰਾ ਚਾੜਨਾ ਪੈਂਦਾ ਕਿ ਇੱਥੇ ਕਿਹੜਾ ਵੈਦਰ ਹੋਊਗਾ, ਕਿੱਥੋਂ ਦੀ ਡਿਵਰਟ ਕਰਨਾ ਵਾ, ਐਨੀ ਕਾਈਂਡ ਆਫ ਪ੍ਰੋਬਲਮ, ਦੈਟਸ ਅ ਫਲਾਈਟ ਡਿਸਪੈਚਰ, ਉਹਦੀ ਜਿਹੜੀ ਰਿਕੁਆਇਰਮੈਂਟ, ਦੈਟਸ ਆਲਸੋ 12th। ਉਹਦੇ ਲਈ ਕੀ ਹੁੰਦਾ, ਖਰਚਾ ਘੱਟ ਲੱਗਦਾ ਬੇਸਿਕਲੀ,
you only have to spend 1 to 2 lakh rupees. Mm-hmm. Exam hunde hai, pass karo, mm-hmm. and you got your license, and then you have to mm-hmm. do your 1 year internship. Right, karo. Right. Us to baad hi usse lunch ho jayenge. ठीक है. Us to baad na ATC. Mm-hmm. ATC baaste kya hai? You required a B Tech. जिम्मेवारी ਉਹ ਬਹੁਤ ਇੱਕ ਬਰਡਨ ਵਾਲੀ ਜੋਬ ਆ ਤਾਂ ਕਿ ਤੁਹਾਨੂੰ 4 ਘੰਟੇ ਸ਼ਿਫਟ ਹੁੰਦੀ ਹੈ ਬੰਦਾ ਉਹ 4 ਘੰਟੇ ਥੱਕ ਜਾਂਦਾ ਜਿਵੇਂ ਪੂਰਾ ਦਿਨ ਨਹੀਂ ਬੱਚਾ ਲਾਉਂਦਾ ਕਿਉਂਕਿ ਮੈਂਟਲੀ ਪੂਰਾ ਐਗਜ਼ੌਸਟ ਹੋ ਜਾਂਦਾ ਵੀ ਜ਼ਿਆਦਾ ਕਰਨਾ ਪੈਂਦਾ ਤੁਹਾਨੂੰ ਉਸ ਤੋਂ ਬਾਅਦ ਯੂ ਕੈਨ ਗੋ ਫੋਰ ਦ ਕੈਬਿਨ ਕਰੂ ਜਿਹੜਾ ਲੋਕਾਂ ਨੂੰ ਪਤਾ ਹੀ ਆ ਏਅਰ ਹੋਸਟਲ ਬਣ ਜਾਓ ਦੈਟਸ ਵੈਰੀ ਸਿੰਪਲ ਸਭ ਤੋਂ ਸੌਖਾ ਕੁਛ ਹੈ ਕਰਨਾ ਦੈਟਸ ਕੈਬਿਨ ਕਰੂ ਕਿਉਂਕਿ ਉਹਦੇ ਵਾਸਤੇ ਤੁਹਾਨੂੰ ਕੁਛ ਨਹੀਂ ਕਰਨਾ ਓਨਲੀ ਹੈਵ ਟੂ ਵਰਕ ਔਨ ਯੋਰ ਪਰਸਨੈਲਿਟੀ ਨਾ ਚ ਕੋਈ ਮੈਥ ਪੜ੍ਹਨੀ ਨਾ ਸਾਇੰਸ ਪੜ੍ਹਨੀ ਕੁਛ ਨਹੀਂ ਇਹਦੇ ਵਿੱਚ ਤੁਸੀਂ ਆਪਣੇ ਆਪ ਸੁਧਾਰਨਾ ਬਸ ਇਹਦੇ ਵਿੱਚ ਕੀ ਹੈ ਆਰਟਸ ਦਾ ਬੱਚੇ ਵੀ ਆ ਸਕਦਾ ਕੋਈ ਲਿਮਿਟੇਸ਼ਨ ਨਹੀਂ ਹੈਗੀ ਕਿ ਨੋਨ ਮੈਡੀਕਲ ਹੋਣੀ ਚਾਹੀਦੀ ਹੈ ਕਮਰਸ ਹੋਣੀ ਚਾਹੀਦੀ ਹੈ ਕੁਛ ਵੀ ਹੋਵੇ ਤਾਂ ਯੂ ਐਲ ਗਿਵ ਫੋਰ ਲਾਸਟ ਹੁੰਦਾ ਕਮਰਸ਼ੀਅਲ ਪਾਰਟ ਜਿਹਦੇ ਐਨ ਆਈ ਓ ਹੋਣਾ ਮੈਥ ਐਂਡ ਫਿਜ਼ਿਕਸ ਯੂ ਆਰ ਐਲੀਜੀਬਲ ਫੋਰ ਦ ਕਮਰਸ਼ੀਅਲ ਪਾਰਟ ਤੇ ਬਹੁਤ ਵੇ ਵੀ ਹੁੰਦੇ ਨਾ ਕਿ ਇਹ ਨਹੀਂ ਕਿ ਤੁਸੀਂ ਨਹੀਂ ਕੀਤਾ ਤੇ ਉਹਦਾ ਕੋਈ ਵੇ ਨਹੀਂ ਹੈਗਾ ਤੇ ਇਹ ਚ ਕਾਫੀ ਸਾਰੇ ਵੇ ਹੁੰਦੇ ਸੀ ਰੀਲ ਹੱਡੀ ਹੈ ਉਸ ਤੋਂ ਬਿਨਾਂ ਜੀ ਨਹੀਂ ਸਕਦੇ ਅਸੀਂ ਉਹ ਚ ਹੁੰਦੀ ਹੈ ਜਦੋਂ ਅਸੀਂ ਜਿੱਦਾਂ ਗਾਈਡ ਕਰ ਸਕਦੇ ਹਾਂ ਉਹਦਾ ਤਾਂ ਕੋਈ ਹੋਰ ਗਾਈਡ ਨਹੀਂ ਕਰ ਸਕਦਾ ਹੁਣ ਜੇ ਕਿਸੇ ਨੇ ਵੀ ਸਪੋਜ਼ ਲੈ ਰਿਹਾ ਹੈ ਕਿ ਇੱਕ ਐਸੀ ਅਕੈਡਮੀ ਆ ਕਿ ਜਿਹਦੀ ਕਿ ਰਨ ਹੀ ਪਾਇਲਟਸ ਤੋਂ ਹੋ ਰਹੀ ਆ ਰਨ ਹੀ ਉਹਨਾਂ ਦੇ ਥਰੂ ਹੋ ਰਹੀ ਆ ਜਿਹੜੇ ਕਿ ਐਕਚੁਅਲ ਗਰਾਊਂਡ ਤੇ ਰਹੇ ਨੇ ਜਿਨ੍ਹਾਂ ਨੇ ਐਕਚੁਅਲ ਇਸ ਇੰਡਸਟਰੀ ਚ ਕੰਮ ਕੀਤਾ ਤੇ ਅੱਗੋਂ ਵੀ ਕਰਦੇ ਰਹਿਣਗੇ ਮੇਨ ਜਿਹੜਾ ਮਕਸਦ ਹੈ ਬੋਰਨ ਟੂ ਫਲਾਈ ਦਾ ਮੈਨੂੰ ਬਹੁਤ ਅੱਛਾ ਲੱਗਾ ਕਿ ਕੋਈ ਇਹ ਸੋਚ ਰਿਹਾ ਕਿ ਇਸ ਤਰ੍ਹਾਂ ਦੀ ਚੀਜ਼ ਅਸੀਂ ਅੰਮ੍ਰਿਤਸਰ ਚ ਲਿਆ ਕੇ ਖੋਲੀਏ ਜਾਂ ਫਿਰ ਪੰਜਾਬ ਚ ਲੈ ਕੇ ਆਈਏ ਸੋ ਹੋ ਸਕਦਾ ਕਿ ਆਉਣ ਵਾਲੇ ਸਮੇਂ ਚ ਅਸੀਂ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੀ ਇਹ ਹੋਣ ਬਟ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਫੀਲਡ ਦੇ ਪ੍ਰਤੀ ਅਵੇਅਰ ਹੋਈਏ ਸਾਡੇ ਬੱਚਿਆਂ ਲਈ ਜੋਬ ਜਿਹੜੀਆਂ ਅਵੇਲੇਬਲ ਨੇ ਜਿਹੜਾ ਬੱਚਾ ਮਿਹਨਤੀ ਆ ਉਹਦੇ ਲਈ ਜੋਬ ਜਿਹੜੀ ਪੰਜਾਬ ਚ ਅਵੇਲੇਬਲ ਆ ਹਮੇਸ਼ਾ ਹੀ ਮੈਂ ਇਹ ਗੱਲ ਨੂੰ ਤਰਜੀਹ ਦਿੰਦੀ ਹਾਂ ਘਰਦਿਆਂ ਦੇ ਬਹੁਤ ਸਾਰੇ ਪੈਸੇ ਲਾ ਕੇ ਜਿਹੜਾ ਅਸੀਂ ਬਾਹਰ ਜਾਣਾ ਵਾ ਉਹੀ ਪੈਸੇ ਅਸੀਂ ਇੱਥੇ ਲਾ ਕੇ ਕੋਈ ਬਿਜ਼ਨਸ ਸਟਾਰਟ ਕਰ ਸਕਦੇ ਹਾਂ ਜਾਂ ਫਿਰ ਕੋਈ ਅੱਛੀ ਟ੍ਰੇਨਿੰਗ ਲੈ ਸਕਦੇ ਹਾਂ ਕਿ ਜਿਸ ਫੀਲਡ ਦੇ ਵਿੱਚ ਜੋਬਸ ਜਿਹੜੀਆਂ ਹੈਗੀਆਂ ਸੋ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਜੇ ਤੁਸੀਂ ਯਾਦਵਿੰਦਰ ਜੀ ਨੂੰ ਜਾ ਕੇ ਮਿਲੋਗੇ ਜਾਂ ਇਹਨਾਂ ਨਾਲ ਇੱਕ ਵਾਰ ਗੱਲ ਕਰੋਗੇ ਤੇ ਡੈਫੀਨੇਟਲੀ ਤੁਹਾਡੇ 'ਚ ਉਹ ਪੈਸ਼ਨ ਆ ਜਾਏਗਾ ਕਿ ਹਾਂ ਮੈਂ ਵੀ ਏਵੀਏਸ਼ਨ ਇੰਡਸਟਰੀ ਦੇ ਵਿੱਚ ਜਿਹੜਾ ਜਾਣਾ ਹੈ ਜਾਂ ਮੈਂ ਜਾ ਸਕਦੀ ਹਾਂ ਪਲੱਸ ਪੜ੍ਹਾਈ ਅਸੀਂ ਕਦੀ ਵੀ ਸ਼ੁਰੂ ਕਰ ਸਕਦੇ ਅਸੀਂ 12th ਤੋਂ ਬਾਅਦ ਵੀ ਸ਼ੁਰੂ ਕਰ ਸਕਦੇ ਹਾਂ 12th ਤੋਂ ਬਾਅਦ ਵੀ ਸੋਚ ਸਕਦੇ ਹਾਂ ਕਿ ਹਾਂ ਮੈਂ ਅੱਜ ਤੋਂ ਜੇ ਸ਼ੁਰੂ ਕਰ ਲਾਂ ਤੇ ਅਗਲੇ 4 ਸਾਲ 'ਚ ਮੈਂ ਕਿਤੇ ਨਾ ਕਿਤੇ ਜਿਹੜਾ ਉਹ ਪਹੁੰਚ ਸਕਦਾ
So thank you so much for watching Mandeep Kausal's show.